ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੇ ਸਾਧ ਸੰਗਤ ਜੀਓ, ਕਾਫੀ ਸਮੇਂ ਤੋਂ ਤਕਰੀਬਨ 6 ਵਜੇ ਤੋਂ ਲੱਗ ਕੇ ਆਪ ਗੁਰਬਾਣੀ ਦਾ ਕੀਰਤਨ ਔਰ ਵਿਚਾਰਾਂ ਦਾ ਆਨੰਦ ਮਾਣ ਰਹੇ ਹੋ। ਆਓ ਸਾਧ ਸੰਗਤ, ਇਸ ਸੰਸਾਰ ਦੇ ਉੱਤੇ ਆਪਾਂ ਵੀ ਸਾਰੇ ਆਏ ਹੋਏ ਹਾਂ, ਆਪਾਂ ਨੂੰ ਵੀ ਮਨੁੱਖਾ ਜਨਮ ਮਿਲਿਆ ਹੈ। ਮਹਾਰਾਜ, ਇਸ ਜਨਮ ਨੂੰ ਸਫਲਾ ਕਰਨ ਵਾਸਤੇ ਸਾਨੂੰ ਪ੍ਰੇਰਦੇ ਹਨ। ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ, ਆਪਣਾ ਜਨਮ ਸਫਲਾ ਕੀਤਾ, ਮਨ ਵਿੱਚ ਨਾਮ ਵਸਾਉਣਾ ਕੀਤਾ, ਬਾਣੀ ਦਾ ਰੂਪ ਬਣੇ, ਨਾਮ ਦਾ ਰੂਪ ਬਣੇ, ਉਹਨਾਂ ਨੂੰ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ, ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇਹੇ ਆ, ਭੇਦ ਨਾ ਜਾਣੋ ਸਾਈਂ, ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ। ਉਹਨਾਂ ਦੇ ਵਿੱਚ ਕੋਈ ਵੀ ਭੇਦ ਨਹੀਂ, ਫਰਕ ਨਹੀਂ, ਸਾਈਂ ਪਰਮੇਸ਼ਰ ਵਰਗੇ ਹਨ। ਇਨਸਾਨ ਕਹਿ ਦਿੰਦਾ ਕਿ ਲਓ ਜੀ, ਪਰਮੇਸ਼ਰ ਵਰਗਾ ਕੌਣ ਬਣ ਸਕਦਾ। ਸਾਧ ਸੰਗਤ, ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਵੱਸਦਾ ਜਦੋਂ ਮਹਾਰਾਜ ਖੁਦ ਕਹਿ ਰਹੇ ਹਨ, ਗੁਰਬਾਣੀ ਕਹਿ ਰਹੀ ਹੈ। ਸਾਧ ਸੰਗਤ ਫਿਰ ਕੌਣ ਹੈ? ਉਹ ਇਨਸਾਨ ਜਿਹੜਾ ਉਸ ਗੁਰਬਾਣੀ ਨੂੰ ਆਪਣੇ ਮਨ ਦੇ ਪਰਥਾਏ ਚੱਲਦਾ ਹੈ। ਅੱਜ ਕੱਲ ਦੇ ਅਖੰਡ ਪਾਠ ਆਰੰਭ ਹਨ, ਜੋ ਸੰਤ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲੇ ਦੀ ਬਰਸੀ ਦੇ ਸੰਬੰਧ ਵਿੱਚ ਹਨ। 1 ਤਰੀਕ ਨੂੰ ਉਹਨਾਂ ਨੇ ਇਹ ਜੋ ਸਰੀਰ ਸਾਨੂੰ ਵੀ ਮਿਲਿਆ, ਪਰ ਉਹਨਾਂ ਨੂੰ ਵੀ ਮਿਲਿਆ ਸੀ। ਉਹਨਾਂ ਨੇ ਉਹ ਸਰੀਰ ਇਸ ਸੰਸਾਰ ਦੇ ਉੱਤੇ ਆ ਕੇ ਲੇਖੇ ਲਾਉਣਾ ਕੀਤਾ, ਜਿਵੇਂ ਮਹਾਰਾਜ ਨੇ ਬਾਣੀ ਵਿੱਚ ਦੱਸਣਾ ਕੀਤਾ, ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਜਿੰਨੀ ਬਾਣੀ ਹੈ, ਸਾਰੀ ਬਾਣੀ ਇਹ ਸਾਡੇ ਸਾਰਿਆਂ ਦੇ ਉੱਤੇ ਹੀ ਢੁੱਕਦੀ ਹੈ। ਅਮਲ ਕਰਾਂਗੇ ਸਾਰੀ ਬਾਣੀ ਸਾਡੇ ਸਰੀਰ ਤੇ ਢੁਕਣੀ ਹੈ। ਸਾਧ ਸੰਗਤ, ਬੱਚਾ ਜਿਹੜਾ ਚੀਕਾਂ ਮਾਰਦਾ, ਭਾਈ ਉਹਦਾ ਖਿਆਲ ਕਰੋ ਥੋੜਾ ਜਿਹਾ, ਹੁਣ ਥੱਲੇ ਲੈ ਜਾਓ ਜੇ ਨਹੀਂ ਹਟਦਾ। ਸੰਗਤ ਦੇਖੋ, ਅੱਜ ਸਾਰਿਆਂ ਦਾ ਖਿਆਲ ਹੈ ਕਿ ਸਾਲ ਬਤੀਤ ਹੋਣਾ ਹੈ, ਨਵਾਂ ਚੜ੍ਹਨਾ ਹੈ, ਸਾਰਿਆਂ ਨੇ ਆਪਾਂ ਗੁਰਬਾਣੀ ਦਾ ਆਨੰਦ ਮਾਨਣਾ ਹੈ, ਬੱਚਿਆਂ ਦਾ ਖਿਆਲ ਰੱਖਣਾ ਹੈ। ਇਹ ਨਹੀਂ ਵੀ ਰੌਲਾ ਪਾਈ ਜਾਣ, ਜਿਹੜੇ ਬੱਚੇ ਰੌਲਾ ਪਾਉਂਦੇ ਆ ਉਹਨਾਂ ਨੂੰ ਥੱਲੇ ਲੈ ਜਾਓ, ਥੱਲੇ ਸਪੀਕਰ ਵੀ ਹਨ, TV ਵੀ ਲੱਗੇ ਹੋਏ ਹਨ, ਜੇ ਥੱਲੇ ਖੇਡਦਾ ਤਾਂ ਕੋਈ ਹਰਜ ਨਹੀਂ। ਪਰ ਇਹ ਗੁਰੂ ਦਾ ਦਰਬਾਰ ਹੈ, ਆਪਾਂ ਗੁਰੂ ਮਹਾਰਾਜ ਦੀ ਰਿਸਪੈਕਟ ਕਰਨੀ ਹੈ। ਇਸ ਕਰਕੇ ਆਨੰਦ ਮਾਨਣ ਆਏ ਹਾਂ। ਇਸ ਦੇਸ਼ ਵਿੱਚ ਨਵੇਂ ਸਾਲ ਮਨਾਉਣ ਦਾ ਕਾਫੀ ਖਿਆਲ ਹੈ, ਪਰ ਬਰਸੀ ਵੀ ਹੈ। ਇੰਡੀਆ ਵਿੱਚ ਸਾਧ ਸੰਗਤ ਨਵੇਂ ਸਾਲ ਨੂੰ ਕੋਈ ਪੁੱਛਦਾ ਹੀ ਨਹੀਂ। ਵੈਸੇ ਤਾਂ ਚੰਗੀ ਗੱਲ ਹੈ ਕਿ ਸਾਲ ਐਂਡ ਵਿੱਚ ਹੁੰਦਿਆਂ ਔਰ ਆਰੰਭ ਵਿੱਚ ਹੁੰਦਿਆਂ ਆਪਾਂ ਕਥਾ ਕੀਰਤਨ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਪਣਾ ਸਮਾਂ ਬਤੀਤ ਕਰਦੇ ਹਾਂ। ਮਹਾਰਾਜ 10 ਦਿਨ ਉਮਰ ਉਹਾ ਵਿੱਚ ਲੇਖੇ ਦੇ, ਜੋ ਯਾਦ ਸਾਈਂ ਵਿੱਚ ਗੁਜਰੇ ਪਾਉਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵਿੱਚ ਸੁਨੀਲ ਦੇ ਗੁਜਰੇ ਸਾਂਝ ਤੇ ਫਜਰੇ। ਇਹੋ ਉਮਰ ਇਹੋ ਸਮਾਂ ਲੇਖੇ ਵਿੱਚ ਹੈ, ਜੋ ਪਰਮੇਸ਼ਰ ਦੀ ਯਾਦ, ਸਾਈਂ ਦੀ ਯਾਦ, ਕਥਾ ਕੀਰਤਨ ਸੇਵਾ ਸਿਮਰਨ ਕਰਦਿਆਂ ਉਹ ਬਤੀਤ ਹੁੰਦਾ, ਉਹੀ ਸਮਾਂ ਸਫਲਾ ਹੁੰਦਾ ਹੈ। ਆਓ, ਮਹਾਰਾਜ ਨੇ
ਚਾਰ ਸਿੰਘ ਤੇ ਜਿੰਨੀ ਬਾਣੀ ਰਚੀ ਹਰ ਇੱਕ ਅਨੁਸਾਨ ਤੇ ਕੋਈ ਨਾ ਕੋਈ ਪੰਕਤੀ ਟੁਕਦੀ ਹੈ। ਆ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਇਹ ਸ਼ਬਦ ਚਾਰਨ ਕੀਤਾ ਹੈ। ਇਹ ਵੀ ਸਾਰਾ ਸ਼ਬਦ ਕਿਸੇ ਨਾ ਕਿਸੇ ਅਨੁਸਾਨ ਤੇ ਟੁਕਦਾ ਹੈ। ਉਹ ਸ਼ਬਦ ਕਿਸ ਤੇ ਟੁਕਣਾ ਕੀਤਾ ਹੈ ਮਹਾਰਾਜ ਨੇ, ਜਿਨ੍ਹਾਂ ਦੀ ਆਪਾਂ ਬਰਸੀ ਮਨਾ ਰਹੇ, ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਬਾਬਤ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ। ਉਹ ਕਿਹੋ ਜਿਹੇ ਹਨ, ਕੀ ਕਰਦੇ ਹਨ, ਉਹਨਾਂ ਦੀ ਸੰਗਤ ਦਾ ਕੀ ਫਲ ਹੋਇਆ ਕਰਦਾ ਹੈ। ਆਓ ਸਾਧ ਸੰਗਤ, ਉਹ ਸ਼ਬਦ ਆਪਾਂ ਪੜ੍ਹੀਏ ਸਾਰੇ ਪਿਆਰ ਦੇ ਨਾਲ। ਮਨ ਬਿਰਤੀਆਂ ਨੂੰ ਇਕਾਗਰ ਕਰਨਾ, ਰੌਲਾ ਨਹੀਂ ਪਾਉਣਾ, ਅਤੇ ਫਿਰ ਹੀ ਮਨ ਟਿਕਿਆ ਕਰਦਾ ਹੈ। ਜਦੋਂ ਅਸੀਂ ਕੁਛ ਸੁਣਦੇ ਹਾਂ, ਬਾਣੀ, ਕੀਰਤਨ, ਕਥਾ, ਵਿਚਾਰ, ਉਹ ਮਨ ਰੋਕ ਕੇ ਉਸ ਦੇ ਵਿੱਚ ਖਿਆਲ ਜੋੜਨਾ, ਨਾਲ ਦੀ ਨਾਲ ਬੁੱਧੀ ਦੇ ਨਾਲ ਵਿਚਾਰ ਕਰਦੇ ਜਾਣਾ, ਫਿਰ ਲਾਭ ਹੋਇਆ ਕਰਦਾ, ਮਨ ਸ਼ਾਂਤ ਹੁੰਦਾ ਹੈ। ਆਓ ਦੇਖੋ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਕੀ ਕਹਿੰਦੇ ਹਨ। ਹੈ ਸਾਰੀ ਇਨਸਾਨ ਦੇ ਪ੍ਰਥਾਏ, ਇਨਸਾਨ ਵੀ ਸਾਰੇ ਇੱਕੋ ਜਿਹੇ ਨਹੀਂ, ਸਾਰਿਆਂ ਦੇ ਕਰਮ ਵੀ ਇੱਕੋ ਜਿਹੇ ਨਹੀਂ। ਜੈਸੀ ਸੰਗਤ ਤੈਸੀ ਰੰਗਤ ਹੁੰਦੀ ਹੈ। ਆਓ ਮਹਾਰਾਜ ਜੀ ਕੀ ਕਹਿ ਰਿਹਾ। ਮੇਰੇ ਰਾਮ, ਮੇਰੇ ਰਾਮ, ਹਰ ਸੰਤਾਂ ਦੇ ਵੰਡ ਨਾ ਕੋਈ। ਮੇਰੇ ਰਾਮ, ਮੇਰੇ ਰਾਮ, ਹਰ ਸੰਤਾਂ ਦੇ ਵੰਡ ਨਾ ਕੋਈ। ਮੇਰੇ ਰਾਮ, ਮੇਰੇ ਰਾਮ,
ਸੰਸਾਰ ਦੇ ਉੱਤੇ ਹਰ ਇੱਕ ਪ੍ਰਾਣੀ ਕਹਿੰਦਾ ਕਿ ਮੇਰੇ ਵਰਗਾ ਵੱਡਾ ਇਨਸਾਨ ਕੋਈ ਨਹੀਂ। ਲਓ ਜੀ ਉਹ ਬੜਾ ਵੱਡਾ ਇਨਸਾਨ ਹੈ। ਕਿਹੜੀ ਵਡਿਆਈ ਹੈ ਉਸਦੀ, ਕਿਹੜੀ ਵੱਡੀ ਚੀਜ਼ ਮੰਨੀ ਗਈ ਹੈ। ਸੰਸਾਰੀ ਸਾਧ ਸੰਗਤ ਮਾਇਆ ਵਾਲਿਆਂ ਨੂੰ ਵੱਡੇ ਮੰਨਦੀ ਹੈ। ਮਹਾਰਾਜ ਨੂੰ ਕਿਹਾ ਸੱਚੇ ਪਾਤਸ਼ਾਹ ਬੜੀਆਂ ਮਾਇਆ ਧਨ ਪਦਾਰਥ ਬੜਾ ਹੈ, ਕੌਣ ਵੱਡੇ? ਮਾਇਆ ਵਡਿਆਈ। ਕੌਣ ਵੱਡਾ? ਮਾਇਆ ਵੱਡੇ, ਮਾਇਆ ਵਾਲੇ ਵੱਡੇ ਹਨ। ਮਹਾਰਾਜ ਕਹਿੰਦੇ ਨਹੀਂ ਭਾਈ, ਸੱਚੇ ਪਾਤਸ਼ਾਹ ਕੌਣ ਵੱਡੇ? ਸੋਈ ਵੱਡਾ ਜਿਨ ਰਾਮ ਲਿਵ ਲਾਈ। ਉਹ ਵੱਡਾ ਜਿਹਨੇ ਰਾਮ ਦੇ ਨਾਲ ਲਿਵ ਲਾਉਣੀ ਕੀਤੀ ਹੈ। ਜੈ ਸਾਧ ਸੰਗਤ ਕਰੋੜਾਂ ਅਰਬਾਂ ਪਤੀ ਹੈ, ਮਾਇਆ ਹੈ ਉਸਦੇ ਪਾਸ, ਬਿਜ਼ਨਸ ਹੈ, ਪਰ ਕੰਮ ਉਸਦੇ ਕੀ ਹੁੰਦੇ ਹਨ? ਸ਼ਰਾਬਾਂ ਪੀਣੀਆਂ, ਪੁੱਠੇ ਕੰਮ ਕਰਨੇ। ਪਰ ਜਿਹੜੇ ਪਾਪ ਹੁੰਦੇ ਹਨ, ਪਾਪ ਕਰਨ ਨਾਲ ਤਾਂ ਵੱਡਾ ਮੰਨਿਆ ਨਹੀਂ ਗਿਆ। ਮਾਇਆ ਕਿੰਨੀ ਮਰਜ਼ੀ ਹੋਵੇ, ਰੋਟੀਆਂ ਉਸਨੇ ਵੀ ਦੋ ਖਾਣੀਆਂ ਹਨ, ਔਰ ਸੌਣ ਵਾਸਤੇ ਵੀ ਉਹ ਇੱਕੋ ਪਲੰਘ ਹੁੰਦਾ, ਰਹਿਣ ਨੂੰ ਕਿੱਡੀਆਂ ਕੋਠੀਆਂ। ਸਾਧ ਸੰਗਤ
ਪਰ ਸੌਣ ਵਾਸਤੇ ਤਾਂ ਉਨੀ ਜਗ੍ਹਾ ਹੁੰਦੀ ਹੈ, ਖਾਣ ਨੂੰ ਵੀ ਉਨੀ ਜਗ੍ਹਾ ਰੋਟੀ ਹੁੰਦੀ, ਉਹ ਫਰਕ ਤਾਂ ਕੋਈ ਨਹੀਂ। ਇਉਂ ਸਾਧ ਸੰਗਤ ਅਮੀਰ ਕੌਣ ਹੈ? ਮਹਾਰਾਜ ਜੀ ਇਹ ਸ਼ਬਦ ਵਿੱਚ, ਵੈਸੇ ਤਾਂ ਇਨਸਾਨ ਦਾ ਸਾਰਾ ਜੀਵਨ ਦੇ ਵਿੱਚ ਆਉਣ ਵਾਲੀਆਂ ਵਸਤੂਆਂ ਦੱਸਦੇ ਹਨ, ਇੱਕੋ ਹੀ ਸ਼ਬਦ ਵਿੱਚ ਇਨਸਾਨ ਦਾ ਸਾਰਾ ਜੀਵਨ ਹੈ। ਜੇ ਇਹ ਸ਼ਬਦ ਨੂੰ ਮਨ 'ਚ ਵਸਾ ਲਵੇ ਤਾਂ ਸਾਰਾ ਜੀਵਨ ਸੁਖੀ ਓ ਸੁਖੀ ਹੈ, ਸਾਰੇ ਸੁੱਖ ਦੇਣ ਵਾਲੀ ਬਾਣੀ। ਇੱਕ ਵਾਰ ਸਾਧ ਸੰਗਤ ਅਮੀਰ ਕਿਸੇ ਨੂੰ ਦੱਸਿਆ, ਕੋਈ ਰਾਜਾ ਹੈ ਦੂਸਰੇ ਰਾਜੇ 'ਤੇ ਚੜ੍ਹਾਈ ਕਰਨ ਚੱਲੇ ਆ, ਕੋਈ ਇੱਕ ਫਕੀਰ ਮਹਾਂਪੁਰਸ਼ ਹੈ ਮਸਤਾਨਾ ਤਿਆਗੀ ਮਾਇਆ ਨੂੰ ਹੱਥ ਨਹੀਂ ਲਾਉਂਦਾ, ਰੋਟੀ ਮੰਗ ਕੇ ਖਾ ਲੈਂਦਾ ਹੈ, ਤੁਰਿਆ ਜਾਂਦਾ ਜਾਂਦਾ ਉਹਦੀ ਇੱਕ ਨਿਗਾਹ 'ਚ ਮੋਹਰ ਪਈ, ਦੇਖਿਆ ਇੱਕ ਮੋਹਰ ਪਈ ਹੈ, ਮੋਹਰ ਚੱਕ ਲਈ, ਪਹਿਲਾਂ ਤਾਂ ਸੋਚਿਆ ਇਹਨੂੰ ਮੇਰੇ ਤਾਂ ਕੰਮ ਦੀ ਨਹੀਂ, ਮਨ ਵਿੱਚ ਸੋਚਿਆ ਚਲੋ ਪਰਉਪਕਾਰ ਦਾ ਕੰਮ ਹੈ ਮਹਾਂਪੁਰਸ਼ਾਂ ਦਾ, ਇਸ ਨੂੰ ਕਿਸੇ ਗਰੀਬ ਨੂੰ ਦੇ ਦਿਆਂਗੇ, ਕਿਸੇ ਦੇ ਤਾਂ ਕੰਮ ਆਊਗੀ, ਜੇ ਮੈਂ ਸਿੱਟ ਦਿੱਤੀ ਕੋਈ ਕੰਮ ਨਹੀਂ ਆਉਣੀ, ਮੋਹਰ ਹੈ ਸਿੱਕਾ ਚੱਲਦਾ ਹੈ, ਲੈ ਤੁਰਿਆ ਆਉਂਦਾ ਹੈ, ਸੋਚਦਾ ਕਿਸ ਨੂੰ ਦਵਾਂ ਮੈਂ ਕਿਹਦੇ ਕੰਮ ਆਵੇ, ਕੋਈ ਗਰੀਬ ਹੋਵੇ ਬੇਅੰਤ ਗਰੀਬ ਹੋਵੇ ਉਸ ਨੂੰ ਦਵਾਂ। ਇੱਕ ਰਾਜਾ ਚੜ੍ਹਾਈ ਕਰਦਾ ਦੂਜੇ ਰਾਜੇ 'ਤੇ, ਬਹੁਤ ਫੌਜ ਹੈ ਉਸਦੇ ਸਾਥ, ਬਹੁਤ ਅਹਿਲਕਾਰ ਹੈ, ਸਾਧ ਸੰਗਤ ਤੌਂਸੇ ਵੱਜਦੇ ਆਉਂਦੇ ਹਨ, ਉਹ ਵੀ ਫਕੀਰ ਉਸ ਰਸਤੇ 'ਤੇ ਖੜ੍ਹਾ ਜਿਹੜੇ ਰਸਤੇ ਉਹ ਰਾਜਾ ਆ ਰਿਹਾ। ਇਉਂ ਸਾਧ ਸੰਗਤ ਜਦੋਂ ਕੋਲ ਦੀ ਲੰਘਣ ਲੱਗੇ, ਕਹਿਣ ਲੱਗੇ ਬਈ ਇਹ ਕੌਣ ਹੈ? ਕਹਿਣ ਲੱਗੇ ਫਲਾਨਾ ਰਾਜਾ ਹੈ। ਕਿੱਧਰ ਚੱਲਿਆ? ਕਹਿਣ ਲੱਗੇ ਉਹ ਫਲਾਨਾ ਰਾਜਾ ਦੂਜੇ ਦੇਸ਼ ਵਾਲਾ ਉਸ 'ਤੇ ਚੜ੍ਹਾਈ ਕਰਨ ਚੱਲਿਆ, ਉਹਦਾ ਸਾਰਾ ਮਾਲ ਮਤਾ ਖੋਣ ਚੱਲਿਆ। ਅੱਛਾ, ਮਨ ਵਿੱਚ ਸੋਚਦਾ ਆ ਇੱਕ ਮੋਹਰ ਹੈ, ਐਡਾ ਵੱਡਾ ਰਾਜਾ, ਰਾਜਾ ਦਾ ਮਤਲਬ ਹੁੰਦਾ ਜਿਹੜਾ ਰੱਜਿਆ ਹੋਵੇ, ਉਸਦਾ ਨਾਂ ਰਾਜਾ, ਉਸਦਾ ਨਾਂ ਪਿਆਰ ਹੈ, ਇਹਦੇ ਕੋਲ ਇੰਨਾ ਖਜ਼ਾਨਾ ਹੈ, ਐਡਾ ਵੱਡਾ ਰਾਜ ਭਾਗ ਹੈ, ਇੰਨਾ ਕੁਛ ਪਾ ਕੇ ਇਹ ਫੇਰ ਨਾ ਰੱਜਿਆ, ਇਹ ਤਾਂ ਬੜਾ ਗਰੀਬ ਹੈ, ਇਹਦੇ ਨਾਲੋਂ ਗਰੀਬ ਇਨਸਾਨ ਮੈਨੂੰ ਹੋਰ ਦੁਨੀਆਂ 'ਤੇ ਨਹੀਂ ਮਿਲਣਾ। ਕਿਉਂ ਸਭ ਕੁਛ ਹੁੰਦਿਆਂ ਹੋਇਆਂ ਵੀ ਭੰਡਾਰੇ ਭਰੇ ਪਏ ਹੁਣ, ਖਜ਼ਾਨੇ ਭਰੇ ਪਏ ਹਨ ਹੀਰਿਆਂ ਦੇ ਮੋਤੀਆਂ ਦੇ, ਪਰ ਫਿਰ ਵੀ ਦੂਜੇ ਰਾਜੇ 'ਤੇ ਚੜ੍ਹਾਈ ਕਰਦਾ ਵੀ ਮੈਂ ਉਹਦੇ ਵੀ ਖੋਲਵਾਂ। ਕਹਿਣ ਲੱਗੇ ਇਹਦੇ ਨਾਲ ਕੋਈ ਗਰੀਬ ਨਹੀਂ ਮੈਨੂੰ ਮਿਲਣਾ। ਖੈਰ ਸਾਧ ਸਿੰਘ ਜਦੋਂ ਕੋਲ ਦੀ ਲੰਘਣ ਲੱਗਿਆ, ਉਹ ਜਿਹੜੀ ਮੋਹਰ ਸੀ ਉਸਨੇ ਰਾਜੇ ਦੇ ਹਾਥੀ 'ਤੇ ਤੁਰਿਆ ਜਾਂਦਾ ਸੀ ਉਸਦੇ ਅਹੁਦੇ ਵਿੱਚ ਸੁੱਟ ਦਿੱਤੀ। ਸੋਚਿਆ ਰਾਜੇ ਨੇ ਵੀ ਇਹ ਕੋਈ ਗਰੀਬ ਹੈ ਜਿਹੜਾ ਮੇਰਾ ਇਹ ਨਜ਼ਰਾਨਾ ਭੇਟ ਕਰ ਰਿਹਾ, ਕੋਈ ਮੰਗਦਾ ਇਹ, ਡੇਮੋ ਕਰਦੇ ਹਾਂ ਆਪਾਂ। ਬੜੇ ਬੜੇ ਜਿਹੜੇ ਅਫਸਰ ਹਨ, ਐਮ ਪੀ ਹਨ, ਉਹਨਾਂ ਨੂੰ ਸਾਧ ਸੰਗਤ ਪਹਿਲਾਂ ਤਾਂ ਆਪਾਂ ਕੋਈ ਚੀਜ਼ ਮੰਗਣੀ ਹੁੰਦੀ ਆ, ਉਹਨਾਂ ਨੂੰ ਕਿਸੇ ਪਾਰਟੀ ਦੇ ਵਿੱਚ ਲਿਆਉਂਦੇ ਹਾਂ, ਉਹਨਾਂ ਦੇ ਹਾਰ ਪਾਉਂਦੇ ਹਾਂ, ਬੜੀ ਉਹਦੀ ਸੋਭਾ ਕਰਦੇ ਹਾਂ। ਫਿਰ ਸਾਧ ਸੰਗਤ ਜਦੋਂ ਉਹ ਖੜਾ ਪਲਾ ਕੇ ਫਿਰ ਆਪਣੀ ਉਸਦੇ ਮੰਗ ਮੂਹਰੇ ਰੱਖਦੇ ਆ ਦੰਦਾ। ਇਸੇ ਤਰ੍ਹਾਂ ਸਾਧ ਸਿੰਘ ਰਾਜੇ ਨੇ ਸੋਚਿਆ ਕਿ ਵੀ ਇਹ ਕੋਈ ਗਰੀਬ ਹੈ, ਮੰਗਦਾ ਮੇਰੇ ਕੋਲ। ਕਹਿਣ ਲੱਗੇ ਵੀ ਉਹ ਫਲਾਨਾ ਜਿਹੜਾ ਹੈ ਬੰਦਾ, ਉਹਨੂੰ ਬੁਲਾ ਕੇ ਲਿਆਓ। ਬੁਲਾ ਲਿਆਂਦਾ। ਰਾਜਾ ਕਹਿਣ ਲੱਗਿਆ ਭਾਈ ਕੀ ਮੰਗਦਾ ਤੂੰ, ਦੱਸ ਤੈਨੂੰ ਕੀ ਚੀਜ਼ ਦੀ ਲੋੜ ਹੈ। ਕਹਿੰਦਾ ਰਾਜਨ ਮੈਂ ਤੇਰੇ ਕੋਲੋਂ ਮੰਗਿਆ ਨਹੀਂ। ਕਹਿੰਦੇ ਤਾਂ ਨਜ਼ਰਾਨਾ ਭੇਟ ਕੀਤਾ ਤੈ। ਕਹਿੰਦਾ ਇਹ ਨਜ਼ਰਾਨਾ ਨਹੀਂ ਰਾਜਨ, ਇਹ ਮੋਹਰ ਇੱਥੇ ਰਸਤੇ 'ਤੇ ਕਿਤੇ ਪਈ ਸੀ। ਮੈਂ ਕਿਹਾ ਮੋਹਰ ਐਵੇਂ ਕਿੱਥੇ ਜਾਊਗੀ, ਕਿਸੇ ਗਰੀਬ ਨੂੰ ਕੰਗਾਲ ਨੂੰ ਦੇ ਦਿਆਂ ਉਹਦਾ ਕਿਤੇ ਕੰਮ ਸਰਜੂ। ਰਾਜਾ ਕਹਿੰਦਾ ਮੇਰੇ ਤਾਂ ਖਜ਼ਾਨੇ ਭਰੇ ਪਏ ਆ ਮੋਹਰਾਂ ਦੇ, ਸੋਨੇ ਦੇ, ਹੀਰੇ ਆਦਿ ਜਵਾਹਰ ਆਦਿ ਕਿਤੇ ਖਜ਼ਾਨੇ ਭਰੇ ਪਏ ਆ, ਮੈਂ ਗਰੀਬ ਥੋੜੋ ਫਕੀਰ ਹੈ, ਬੇਪ੍ਰਵਾਹ ਹੈ, ਪਤਾ। ਕਹਿਣ ਲੱਗਿਆ ਰਾਜਨ ਜੇ ਤੇਰੇ ਖਜ਼ਾਨੇ ਭਰੇ ਹੋਏ ਤੇਰੇ ਮਨ 'ਚ ਹੁੰਦੇ, ਜੇ ਉਹਨਾਂ 'ਤੇ ਤੈਨੂੰ ਆਪਣਾ ਸੰਤੋਖ ਹੁੰਦਾ, ਸਬਰ ਹੁੰਦਾ, ਤਾਂ ਤੂੰ ਦੂਜੇ ਦੇ ਰਾਜੇ ਦੇ ਮਾਇਆ 'ਤੇ, ਰਾਜ ਭਾਗ 'ਤੇ ਚੜ੍ਹਾਈ ਕਰਨ ਜਾਂਦਾ। ਜੇ ਤੇਰੇ ਅੰਦਰ ਕਮੀ ਹੈ, ਤੇਰਾ ਉਸ ਦਾ ਗੁਜ਼ਾਰਾ ਨਹੀਂ ਹੋ ਰਿਹਾ, ਤਾਂ ਹੀ ਦੂਜੇ ਦੇ ਪਦਾਰਥਾਂ 'ਤੇ ਤੂੰ ਚੜ੍ਹਾਈ ਕਰਨ ਚੱਲਿਆ।
ਮੈਂ ਸੋਚਿਆ ਕਿ ਇਹਦੇ ਨਾਲੋਂ ਮੈਨੂੰ ਗਰੀਬ ਤੇ ਕੰਗਾਲ ਹੋਰ ਨਹੀਂ ਮਿਲਣਾ, ਇੰਨਾ ਕੁਛ ਪਾ ਕੇ ਫਿਰ ਬਣਾ ਰਿਜਿਆ ਰਾਜਨ। ਇਸ ਕਰਕੇ ਤੂੰ ਮੈਂ ਤੈਨੂੰ ਆਪਣੀ ਨਿਗਾਹ ਵਿੱਚ ਸਾਰਿਆਂ ਤੋਂ ਗਰੀਬ ਕੰਗਾਲ ਦੇਖਿਆ, ਇਸ ਕਰਕੇ ਮੈਂ ਮੋਹਰ ਤੈਨੂੰ ਦਿੱਤੀ ਆ ਵੀ ਇਹ ਕੁਛ ਕੁਛ ਰੱਜ ਜਾ। ਸਾਧ ਸਿੰਘ ਜਦੋਂ ਉਸ ਬੇਪਰਵਾਹ ਫਕੀਰ ਦੇ ਉਹ ਬਚਨ ਸੁਣੇ, ਰਾਜਾ ਸੀ ਫਿਰ ਵੀ ਸਾਧ ਸਿੰਘ ਰਾਜ ਭਾਗ ਕਰਦਾ, ਸਮਝ ਹੈ ਗਿਆਨ ਹੈ ਸੋਚਦਾ, ਕਹਿਣ ਲੱਗਿਆ ਵੀ ਗੱਲ ਤਾਂ ਇਸ ਫਕੀਰ ਦੀ ਸੱਚ ਹੈ, ਸੱਚੀ ਹੈ। ਸਾਧ ਸਿੰਘ ਇਹ ਬਚਨ ਸੁਣ ਕੇ ਰਾਜੇ ਨੇ ਫਿਰ ਉਹ ਪਿੱਛੇ ਅਬਾਊਟ ਟਰਨ ਕੇ, ਚਲੋ ਭਾਈ ਚੜ੍ਹਾਈ ਨਹੀਂ ਕਰਨੀ। ਇਸ ਕਰਕੇ ਸਾਧ ਸੰਗਤ ਗਰੀਬ ਤਾਂ ਅਮੀਰ ਕੌਣ ਹੈ, ਮਹਾਰਾਜ ਨੇ ਇਹ ਸ਼ਬਦ ਵਿੱਚ ਇਸ ਸੰਸਾਰ ਦੇ ਜਿਹੜੇ ਅਮੀਰ ਆਦਮੀ ਹੈ ਉਸ ਬਾਰੇ ਦੱਸਣਾ ਕੀਤਾ ਵੀ ਇਸ ਸੰਸਾਰ ਵਿੱਚ ਕੌਣ ਅਮੀਰ ਹੈ। ਮਹਾਰਾਜ ਕਹਿੰਦੇ ਮੇਰੇ ਰਾਮ ਹਰ ਸੰਤਾਂ ਜੇ ਵੱਡਣਾ ਕੋਈ, ਸੰਸਾਰ ਦੇ ਉੱਤੇ ਸੰਤਾਂ ਨਾਲੋਂ ਵੱਡਾ ਇਸ ਸੰਸਾਰ ਦੇ ਉੱਤੇ ਕੋਈ ਨਹੀਂ। ਜਿਸ ਨੇ ਸੰਤ ਨੇ ਉਸ ਪਰਮੇਸ਼ਰ ਦੇ ਨਾਮ ਦੇ ਸਾਧ ਸੰਗਤ ਸਾਧਨਾ ਕਰ ਉਸ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਨਾਲ ਜੋੜ ਦਿੱਤਾ, ਇੱਕ ਬਣਾ ਲਿਆ, ਸਾਰਾ ਸਰੀਰ ਹੀ ਉਸ ਦਾ ਰੂਪ ਬਣ ਗਿਆ, ਤਾਂ ਫਿਰ ਪਰਮੇਸ਼ਰ ਵੀ ਉਹਦਾ ਬਣ ਗਿਆ। ਜਿਸ ਨੇ ਪਰਮੇਸ਼ਰ ਨੂੰ ਬਣਾ ਲਿਆ ਆਪਣਾ, ਆਪ ਸਵਾਰੇ ਮੈਂ ਮਿਲੇ, ਕਹਿੰਦੇ ਜੇ ਆਪਣੇ ਆਪ ਨੂੰ ਸਵਾਰ ਲੇ ਨਾਮ ਜਪੂਗਾ ਤਾਂ ਹੀ ਸਵਾਰੂ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਸਾਰੇ ਸੁੱਖ ਚਾਹੁੰਦੇ ਪਰ ਸੁੱਖ ਕਦੋਂ ਪ੍ਰਾਪਤ ਹੋਣਾ, ਸੁੱਖ ਉਦੋਂ ਪ੍ਰਾਪਤ ਹੋਣਾ ਜਦੋਂ ਨਾਮ ਜਪਾਂਗੇ, ਆਪਣੇ ਆਪ ਨੂੰ ਸਵਾਰ ਲਾਂਗੇ। ਬਸ ਸਾਡੇ ਅੱਜ ਕੱਲ੍ਹ ਕੀ ਹੈ, ਲੈ ਵੀ ਉਹਨੂੰ ਸੁਧਾਰਨਾ, ਉਹ ਠੀਕ ਨਹੀਂ ਬੰਦਾ, ਉਹਦੇ ਕਾਨੂੰਨ ਠੀਕ ਨਹੀਂ, ਉਹ ਮਰਿਆਦਾ ਵਿੱਚ ਨਹੀਂ। ਆਪ ਤਾਂ ਮਰਿਆਦਾ ਦਾ ਪਤਾ ਹੀ ਨਹੀਂ ਮੈਂ ਕਿਹੜੀ ਮਰਿਆਦਾ ਵਿੱਚ। ਸਾਧ ਸੰਗਤ ਮਹਾਰਾਜ ਕਹਿੰਦੇ ਆ ਆਪ ਸਵਾਰੇ, ਆਪਣੇ ਆਪ ਨੂੰ ਸਵਾਰੋ ਪਹਿਲਾਂ, ਆਪ ਸਵਾਰੇ ਮੈਂ ਮਿਲਿਆ। ਜੇ ਤੂੰ ਆਪਣੇ ਆਪ ਨੂੰ ਸਵਾਰ ਲਏਗਾ ਤੈਨੂੰ ਮੈਂ ਮਿਲ ਜੂ, ਪਰਮੇਸ਼ਰ ਕਹਿੰਦੇ, ਫੇਰ ਕੀ ਹੋ, ਮਿਲੇ ਤੇ ਕੁਛ ਨਾ ਕੁਛ ਤਾਂ ਪ੍ਰਾਪਤ ਹੋ। ਕਹਿੰਦੇ ਮੈਂ ਮਿਲਿਆ ਸੁੱਖ ਹੋਏ, ਜਦੋਂ ਤੁਹਾਨੂੰ ਮੈਂ ਮਿਲ ਗਿਆ ਪਰਮੇਸ਼ਰ ਕਹਿੰਦਾ ਫਿਰ ਤੈਨੂੰ ਸੁੱਖ ਹੀ ਸੁੱਖ ਪ੍ਰਾਪਤ ਹੋ ਜਾਣਗੇ। ਸਾਰੇ ਚਾਹੁੰਦੇ ਸੁੱਖ ਪਰ ਸੁੱਖ ਪ੍ਰਾਪਤ ਇਸ ਤਰੀਕੇ ਨਾਲ ਹੋਣੇ ਨੇ। ਫਿਰ ਮਹਾਰਾਜ ਜੀ ਅੱਗੇ ਕੀ ਕਹਿੰਦੇ ਹਨ, ਕਹਿੰਦੇ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜੱਗ ਤੇਰਾ ਹੋਇਆ। ਜਦੋਂ ਸਾਰਾ ਜੱਗ ਹੀ ਉਹਦਾ ਹੋ ਗਿਆ, ਕਿਹਦੇ ਚੜ੍ਹਾਈ ਕਰੂ, ਕਿਹਦੀ ਮਾਇਆ ਖੋ, ਕਿਹਨੂੰ ਆਪਣਾ ਬਣਾਓ, ਬਣਾ ਤਾਂ ਲਿਆ। ਸਾਧ ਸੰਗਤ ਇਹ ਕੰਮ ਅਸੀਂ ਕੋਈ ਕਰਕੇ ਰਾਜੀ, ਅਸੀਂ ਤਾਂ ਬਸ ਕਿੰਤੂ ਕਰਨ ਜਾਣਦੇ। ਸੰਤ ਕੋਈ ਨਹੀਂ, ਕਿੰਤੂ ਅਕਿੰਤੂ ਆ ਸਾਡੇ ਪਾਸ, ਪਰ ਬਾਣੀ ਜੋ ਗੁਰੂ ਮਹਾਰਾਜ ਕਹਿੰਦੇ ਹਨ ਬਚਨ, ਉਹਨਾਂ ਨੂੰ ਕੋਈ ਮੰਨ ਕੇ ਰਾਜੀ ਨਹੀਂ, ਉਹਨਾਂ ਤੇ ਅਮਲ ਕਰਕੇ ਰਾਜੀ। ਸਾਧ ਸੰਗਤ ਸ਼ਬਦ ਜਿਹੜਾ ਮਰਜ਼ੀ ਸ਼ਬਦ ਲੈ ਜਾਓ, ਮਹਾਰਾਜ ਜੀ ਹਰੇਕ ਸ਼ਬਦ ਵਿੱਚ ਸੰਤਾਂ ਦੀ ਮਹਿਮਾ, ਸੰਤਾਂ ਦੀ ਵਡਿਆਈ ਦੇਖੋ ਨਾ। ਮਹਾਰਾਜ ਨੇ ਕੀ ਕਿਹਾ, ਮੇਰੇ ਰਾਮ ਹਰ ਸੰਤਾਂ ਜੇ ਵੱਡਣਾ ਕੋਈ, ਵੀ ਸੰਤਾਂ ਵਰਗਾ ਇਸ ਸੰਸਾਰ ਤੇ ਕੋਈ ਨਹੀਂ। ਪਰ ਉਹਨਾਂ ਨੇ ਅਗਲੀ ਪੰਗਤ ਦੇ ਵਿੱਚ ਵੀ ਦੇਖੋ ਵੀ ਕਿਹੜੇ ਸੰਤ ਦੀ ਬਾਬਤ ਲਿਖਿਆ, ਕਹਿੰਦੇ ਭਗਤਾਂ ਬਣ ਆਈ ਪ੍ਰਭ ਆਪਣੇ ਸੋਂ, ਜਲ ਥਲ ਮਹੀ ਅਲਸੋਈ। ਜਿਹੜੇ ਭਗਤ ਦੀ ਉਹ ਪਰਮੇਸ਼ਰ ਨਾਲ ਬਣ ਆਈ, ਜਿਹੜਾ ਜਲਾਂ ਥਲਾਂ 'ਚ ਸਮਾਇਆ, ਉਸ ਭਗਤ ਦੀ ਉਹ ਸੰਤ ਦੀ ਕਿਹਾ। ਸਾਰਿਆਂ ਨੇ ਸੰਤ ਬਣਨਾ, ਇਹ ਨਾ ਸਮਝਿਓ, ਜਿੰਨੀ ਦੇਰ ਇਨਸਾਨ ਸੰਤ ਨਹੀਂ ਬਣਦਾ ਉਨੀ ਦੇਰ ਪਰਮੇਸ਼ਰ 'ਚ ਮਿਲੇ ਹੀ ਨਹੀਂ ਜਾਣਾ। ਬਸ ਅੱਜ ਕੱਲ੍ਹ ਤਾਂ ਇਹ ਕੋਈ ਸੰਤ ਹੈ ਹੀ ਨਹੀਂ, ਉਹਦੀ ਨਿਗਾਹ 'ਚ ਤਾਂ ਆਉਣਾ ਹੀ ਨਹੀਂ। ਕਿਉਂ, ਆਪ ਦੇ ਅੰਦਰ ਸਾਧ ਸੰਗਤ ਕਾਪਟ ਹੈ, ਗੁਰੂ ਦਾ ਬਚਨ ਕਮਾਉਂਦੇ ਨਹੀਂ। ਸਾਧ ਸੰਗਤ ਬਸ ਨਿੰਦਿਆ ਤੋਂ ਬਗੈਰ, ਉਹ ਉਹਨਾਂ ਦੇ ਮਨ ਵਿੱਚ ਇਹ ਭਰਿਆ ਸੀ ਤਾਂ ਨਿੰਦਿਆ ਕਰਨੀ, ਵੀ ਅਸੀਂ ਉਹਨਾਂ ਵੱਲ ਸੰਤਾਂ ਵੱਲ ਜਾਣ ਨਹੀਂ ਦੇਣਾ। ਸਾਧ ਸੰਗਤ ਸੰਤ ਤਾਂ ਆਪ ਹੀ ਨਹੀਂ ਕਹਿੰਦੇ ਸਾਡੇ ਵੱਲ ਆਓ, ਸੰਤਾਂ ਵੱਲ ਤਾਂ ਵਾਹਿਗੁਰੂ ਆਪ ਪਰਮੇਸ਼ਰ ਸੰਤਾਂ ਵੱਲ ਤੋਰਦਾ। ਕਹਿੰਦੇ ਜਿਨ ਹਰ ਜਪਿਆ ਤਿਨ ਹਰ ਪੂਜ ਕਰਾਵੇ, ਮਹਾਰਾਜ ਤਾਂ ਉਹਨਾਂ ਦੀ ਆਪ ਪੂਜਾ ਕਰਾਉਂਦਾ, ਮਹਾਰਾਜ ਪ੍ਰੇਰਨਾ ਕਰਕੇ ਸੰਤਾਂ ਵੱਲ ਭੇਜਦਾ, ਕਿਉਂ ਉਹਨਾਂ ਦਾ ਆਪਣਾ ਕੁਛ ਹੋਇਆ ਨਹੀਂ ਕਰਦਾ। ਜੇ ਕੋਈ ਮੰਨੇ ਹੀ ਨਾ
ਮਹਾਰਾਜ ਨੇ ਸਾਰੀ ਬਾਣੀ ਵਿੱਚ ਲਿਖੀ ਹੈ। ਅਸੀਂ ਸੰਤ ਕੌਣ ਹੈ? ਮਹਾਰਾਜ ਕਹਿੰਦੇ ਜਿਨ੍ਹਾਂ ਸਾਸ ਗਰਾਸ ਨਾ ਦਿਸਰੈ, ਹਰ ਨਾਮਾ ਮਨਵੰਤ, ਤਨ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਤੁਹਾਡੇ 'ਚੋਂ ਕੋਈ ਸਾਰਿਆਂ ਨੇ ਨਾਮ ਜਪਣਾ ਨਹੀਂ ਭਾਈ, ਕਾਹਦੇ ਵਾਸਤੇ ਆਏ ਹੋ ਤੁਸੀਂ ਸਾਰੇ? ਨਾਮ ਜਪਣ ਵਾਸਤੇ ਆਏ ਹੋ, ਪਰਮੇਸ਼ਰ ਦਾ ਨਾਮ ਜਦੋਂ ਤੁਹਾਡੇ ਵੱਸ ਗਿਆ ਤਾਂ ਫਿਰ ਮਹਾਰਾਜ ਨੇ ਆਟੋਮੈਟਿਕ ਹੀ ਤੁਹਾਨੂੰ ਸੰਤ ਕਹਿ ਦਿੱਤਾ। ਜਿਨ੍ਹਾਂ ਨੂੰ ਸਵਾਸ ਸਵਾਸ ਸਿਮਰਨ ਵਿਸਰਦਾ ਨਹੀਂ, ਫਿਰ ਸਾਧ ਸੰਗਤ ਜਦੋਂ ਮਹਾਰਾਜ ਨੇ ਤੁਹਾਨੂੰ ਸੰਤ ਬਣਾਤਾ ਤਾਂ ਕਿਹੜਾ ਇਨਸਾਨ ਆ ਉਸ ਨੂੰ ਰੋਕ ਸਕਦਾ? ਕੋਈ ਨਹੀਂ ਰੋਕ ਸਕਦਾ। ਇਹ ਸਭ ਦੀ ਆਪਣੀ ਆਪਣੀ ਬਿਰਤੀ ਹੋਇਆ ਕਰਦੀ। ਆਹ ਮਹਾਰਾਜ ਜੀ ਕਹਿੰਦੇ ਹਨ ਭਾਈ ਇਹ ਉਹ ਸੰਤ ਹਨ ਜਿਨ੍ਹਾਂ ਨੂੰ ਜਿਨ੍ਹਾਂ ਦੀ ਪਰਮੇਸ਼ਰ ਭਗਤ ਬਾਣ ਆਈ। ਅੱਜ ਸਾਧ ਸੰਗਤ ਅਸੀਂ ਉਹ ਮਹਾਂਪੁਰਸ਼ਾਂ ਦੀ ਵਰਸੀ ਮਨਾ ਰਹੇ ਹਾਂ ਜਿਹੜੇ ਮਹਾਂਪੁਰਸ਼ਾਂ ਦੀ ਬਾਬਤ ਇਹ ਸ਼ਬਦ ਉਚਾਰਨ ਮਹਾਰਾਜ ਨੇ ਕੀਤਾ। ਉਹਨਾਂ ਨੇ ਆਪਣਾ ਸਾਰਾ ਜੀਵਨ ਸਾਧ ਸੰਗਤ ਗੁਰਬਾਣੀ 'ਤੇ ਟਾਲਣਾ ਕੀਤਾ। ਉਹਨਾਂ ਨੇ ਕੋਈ ਪਖੰਡ ਨਹੀਂ ਕੀਤਾ। ਹੁਣ ਵੀ ਸਾਧ ਸੰਗਤ ਕੋਈ ਐਸੀ ਗੱਲ ਨਹੀਂ, ਉਹਨਾਂ ਦੀ ਨਿੰਦਿਆ ਕਰਨ ਵਾਲੇ, ਉਹਨਾਂ ਦੇ ਵਿਰੁੱਧ ਮਹਾਂਪੁਰਸ਼ਾਂ ਦੇ ਸਾਧੂਆਂ ਦੇ ਹੁਣ ਵੀ ਚੱਲਿਆ ਆਉਂਦਾ। ਪਰ ਸਾਧ ਸੰਗਤ ਇਹ ਦੇਖੋ ਕੋਈ ਇਨਸਾਨ ਨੌਕਰੀ ਕਰਦਾ, ਜੇ ਕੋਈ ਉਹਨੂੰ ਕਹੇ ਲਓ ਇਹਦੇ ਕੋਲ ਤਾਂ ਕੁਛ ਨਹੀਂ ਪਰ ਕੰਮ ਕਰਦਾ, ਨੌਕਰੀ ਕਰਦਾ, ਆਪਣਾ ਚੰਗਾ ਭਲਾ ਰੁਜ਼ਗਾਰ ਕਮਾ ਰਿਹਾ, ਉਹ ਤਾਂ ਕਮਾ ਹੀ ਰਿਹਾ ਨਾ, ਉਹਦੇ ਪਾਸ ਜੋ ਹੈ ਉਹਨੂੰ ਪਤਾ, ਦੂਜੇ ਤਾਂ ਕੋਈ ਪਤਾ ਨਹੀਂ। ਸਾਧ ਸੰਗਤ ਇਹ ਜਿਹੜੀਆਂ ਗੱਲਾਂ ਹਨ, ਇਹ ਮਹਾਂਪੁਰਸ਼ ਤੁਸੀਂ ਸਾਰਿਆਂ ਨੇ ਜਿੰਨਿਆਂ ਨੇ ਇੱਕ ਦਿਨ ਇਹ ਅਵਸਥਾ ਆਉਣੀ ਆ ਸਾਰਿਆਂ ਦੀ ਇਹ ਜਨਮ 'ਚ, ਜੇ ਤਾਂ ਮਨ ਬਣਾ ਲਓਗੇ ਵੀ ਅਸੀਂ ਇਸ ਜਨਮ ਦੇ ਵਿੱਚ ਆਪਣਾ ਜੀਵਨ ਗੁਰੂ ਕੇ ਲੇਖੇ ਲਾਉਣਾ। ਬਹੁਤ ਜਨਮ ਵਿਛੜੇ ਅਤੇ ਮਾਧਵ, ਇਹ ਜਨਮ ਤੁਮਾਰੇ ਲੇਖੇ। ਇਹ ਦ੍ਰਿੜਤਾ ਦੇ ਨਾਲ ਕੰਮ ਹੁੰਦੇ ਸਾਰੇ ਸਾਧ ਸੰਗਤ, ਨਹੀਂ ਦ੍ਰਿੜਤਾ ਤੋਂ ਬਗੈਰ ਤਾਂ ਕੋਈ ਵੀ ਕੰਮ ਪੂਰਾ ਨਹੀਂ ਹੋਇਆ ਕਰਦਾ। ਇਹ ਸਾਰੀ ਇਹ ਜੀਵਨ ਮਹਾਰਾਜ ਦੇ ਲੇਖੇ ਲਾਉਣਾ। ਇਹ ਨਹੀਂ ਵੀ ਲੇਖੇ ਲਾਉਣਾ ਤਾਂ ਕਹਿਣਾ ਵੀ ਘਰ ਬਾਰ ਛੱਡ ਦੇਣਾ, ਨਹੀਂ ਘਰ ਬਾਰ ਨਹੀਂ ਛੱਡਣਾ ਕਿਸੇ ਨੇ। ਅਸੰਦਿਆ ਖਵੰਦਿਆ ਪਹਿਨੰਦਿਆ ਵਿੱਚੇ ਹੋਵੇ ਮੁਕਤ, ਵਿੱਚ ਹੋਣਾ। ਇਹ ਮਹਾਰਾਜ ਨੇ ਸਾਰੀ ਸਾਨੂੰ ਸਿੱਖਾਂ ਨੂੰ ਸਿਧਾਂਤ ਦਿੱਤਾ। ਜਿੰਨੀਆਂ ਚੀਜ਼ਾਂ ਬਣਾਈਆਂ ਨੇ, ਸੰਸਾਰ ਬਣਾਇਆ, ਗ੍ਰਹਿਸਥ ਜੀਵਨ ਬਣਾਇਆ, ਸਾਰੇ ਪਦਾਰਥ ਬਣਾਏ, ਮਹਾਰਾਜ ਨੇ ਤਾਂ ਸਾਨੂੰ ਬਖਸ਼ਿਆ ਸਿੱਖਾਂ ਨੂੰ, ਭਾਵੇਂ ਹਰ ਇੱਕ ਇਨਸਾਨ ਨੂੰ ਬਖਸ਼ਿਸ਼ ਕੀਤੀ। ਪਰ ਉਸ ਦੀ ਪਦਾਰਥਾਂ ਦੀ ਵਰਤੋਂ ਕਰਨੀ ਸਿੱਖਣਾ ਹੈ ਵੀ ਉਹ ਕਿਵੇਂ ਵਰਤੋਂ ਕਰਕੇ ਅਸੀਂ ਨਾਲ ਦੀ ਨਾਲ ਪਰਮੇਸ਼ੁਰ ਨੂੰ ਯਾਦ ਰੱਖਣਾ, ਉਹਨੂੰ ਭੁੱਲਣਾ ਨਹੀਂ, ਦੇਣਾ ਨਾ ਤਾਂ ਵਾਹਿਗੁਰੂ। ਇੱਥੇ ਦੱਸਦੇ ਹਨ ਸਾਧ ਸੰਗਤ ਮਹਾਂਪੁਰਸ਼ ਆਪਣੇ ਬਹੁਤ ਨੇ ਸੰਗਤ ਕੀਤੀ ਹੈ, ਦਾਸ ਤਾਂ ਉਹਨਾਂ ਦੀ ਸੇਵਾ 'ਚ ਹੀ ਰਿਹਾ। ਉਹਨਾਂ ਦਾ ਜੀਵਨ ਕੀ ਸੀ? ਸਕੂਲ ਵਿੱਚ ਸਾਧ ਸੰਗਤ ਉਹਨਾਂ ਨੇ ਇੱਕ ਵੀ ਅੱਖਰ ਨਹੀਂ ਪੜ੍ਹਿਆ, ਅੱਜ ਸੰਸਾਰ ਦੇ ਉੱਤੇ ਮਸ਼ਹੂਰ ਨੇ ਕਾਲੇ ਕਰਕੇ, ਪਰਮੇਸ਼ੁਰ ਦੇ ਨਾਮ ਕਰਕੇ। ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ, ਅੱਜ ਉਹਨਾਂ ਦੀ ਉਸਤਤ ਕਿਉਂ ਹੁੰਦੀ ਹੈ? ਸੱਚਾ ਕੰਮ ਕੀਤਾ ਸੰਸਾਰ ਦੇ ਉੱਤੇ। ਇਉਂ ਸਾਧ ਸੰਗਤ ਸਕੂਲ ਵਿੱਚ ਕੁਛ ਪੜ੍ਹੇ ਨਹੀਂ, ਆਪਾਂ ਕਹੀਏ ਦੇਖੋ ਉੱਥੇ ਪਿੰਡ ਦੇ ਵਿੱਚ ਮਹਾਂਪੁਰਸ਼ ਸੀ, ਉਦਾਸੂ ਸਾਧੂ ਹੋਇਆ ਕਰਦੇ ਪਹਿਲੇ, ਉਹਨਾਂ ਕੋਲੋਂ ਸਾਰੀ ਗੁਰਮੁਖੀ ਸਿੱਖੀ। ਸਰਮੁਖਦਾਸ ਔਰ ਗੁਰਮੁਖਦਾਸ ਤੋਂ ਆਪਣੇ ਭਰਾ ਹੀ ਸਨ, ਉਹਨਾਂ ਦੇ ਪਾਸੋਂ ਛੋਟਿਆਂ ਨੇ ਹੀ ਆਪਣੇ ਸਾਰੀ ਗੁਰਮੁਖੀ ਸਿੱਖੀ। ਸਾਧ ਸੰਗਤ ਜਿਹੜੀ ਵਿੱਦਿਆ ਜਿਹਨੂੰ ਰੱਬ ਨੂੰ ਮਿਲਾਉਂਦੀ, ਪੰਜ ਗ੍ਰੰਥੀ, 22-12 ਭਗਤਾ ਬਾਣੀ, ਇਹ ਪੋਥੀਆਂ ਫਿਰ ਸੰਤ ਮਹਾਰਾਜ ਨੇ ਪਿੰਡ ਹੀ ਛੋਟਿਆਂ ਹੁੰਦਿਆਂ ਨਹੀਂ ਪੜ੍ਹਾਈ ਕਰੀ ਸੀ। ਫਿਰ ਸਾਧ ਸੰਗਤ ਹੋਰ ਮਹਾਂਪੁਰਸ਼ ਸਨ ਜਿਨ੍ਹਾਂ ਤੋਂ ਪਾਠ ਸਿੱਖਣਾ ਕੀਤਾ ਛੋਟੇ ਹੁੰਦੇ ਹੀ। ਸਾਧ ਸੰਗਤ ਇਹ ਕੁਦਰਤੀ ਗੱਲ ਹੈ, ਕਹਿੰਦੇ ਹੋਣ ਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ, ਕਹਿੰਦੇ ਜਿਹੜਾ ਪਿੱਛੇ ਹੀ ਹੋਣ ਹਾਰ ਇਨਸਾਨ ਹੁੰਦਾ ਨਾ, ਉਹਦੇ ਬਚਪਨ ਤੋਂ ਹੀ ਉਹਦੇ ਸਾਰੀ ਦੁਨੀਆਂ ਨਾਲ ਅਲਹਿਦਾ ਹੀ ਕੰਮ ਹੋਇਆ ਕਰਦੇ, ਫਰਕ ਹੁੰਦਾ, ਉਹਦਾ ਸੁਭਾਅ ਵੀ ਫਰਕ ਹੁੰਦਾ। ਜਦੋਂ ਗੁਰਮੁਖੀ ਸਿੱਖ ਲਈ, ਪਿੰਡ ਵਿੱਚ ਸਾਰੇ ਬੱਚਿਆਂ ਨੂੰ, ਮਾਵਾਂ ਨੂੰ, ਬਿਰਧ ਨੂੰ ਸਾਰੇ ਇਕੱਠੇ ਕਰਕੇ ਭਾਈ ਗੁਰੂ ਨਾਨਕ ਦੇਵ ਜੀ ਦੀ ਸਾਖੀ ਸੁਣਾਇਆ ਕਰਦੇ। ਪਹਿਲਾਂ ਤੋਂ ਹੀ ਇਹ ਪਿਛਲੇ ਕਈ ਕਈ ਜਨਮਾਂ ਦਾ ਸੰਸਕਾਰ ਹੁੰਦਾ ਜਿਹੜੇ ਇਨਸਾਨ ਨੂੰ ਬਚਪਨ ਤੋਂ ਹੀ ਸਾਧੂਆਂ ਦੀ ਸੰਗਤ ਹੋ ਜਾਵੇ। ਪਰ ਕਹਿੰਦੇ ਸੰਤ ਕਾ ਸੰਗ ਵੱਡ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਤੇ ਆਈ ਹੈ। ਕਹਿਣੇ ਵੀ ਸੰਤ ਕੋਈ ਹੈ ਨਹੀਂ, ਸੰਤਾਂ ਦੇ ਕੋਲ ਜਾਓ ਨਾ,
ਸਾਧ ਸੰਗਤ ਜੀ ਨੇ ਜਾਣਾ ਜਿਹਨੂੰ ਗੁਰਬਾਣੀ ਦੀ ਵਿਚਾਰ ਆ ਗਈ ਸਾਧਤਾ ਤੋਂ ਬਗੈਰ ਤਾਂ ਉਧਾਰ ਹੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਆ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰ ਨਿਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁ ਲਭਦਾ। ਇਉਂ ਮਹਾਰਾਜ ਜੀ ਕਹਿੰਦੇ ਆ ਪੜ੍ਹ ਲਓ ਸਾਧ ਜੇ ਤੈਂ ਚਾਰ ਪਦਾਰਥ ਲੈਣੇ ਸੇਵਾ ਸਾਧਵਾਨੀ ਚਾਰ ਪਦਾਰਥ ਲੈਣੇ ਸੇਵਾ ਸਾਧਵਾਨੀ ਚਾਰ ਪਦਾਰਥ ਲੈਣੇ ਸੇਵਾ ਸਾਧਵਾਨੀ ਪਦਾਰਥ ਮੰਗ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਟਾਵੈ ਹਰ ਹਰ ਨਾਮ ਰਿਧੇ ਸਦ ਤਿਆਵੈ ਜੇ ਕੋ ਆਪਣੀ ਸੋਭਾ ਲੋੜੈ ਸਾਧ ਸੰਗਤ ਮਿਲ ਹਉ ਮੈਂ ਛੋੜੈ ਜੇ ਕੋ ਜਨਮ ਮਨ ਤੇ ਡਰੈ ਸਾਧ ਜਨਾ ਕੀ ਸ਼ਰਨੀ ਭਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਦੱਸਾ। ਮਹਾਰਾਜ ਕਹਿੰਦੇ ਭਾਈ ਮੈਂ ਤਾਂ ਕਹਿੰਦਾ ਨੀ, ਇਹ ਸ਼ਬਦ ਦੇ ਅਰਥ ਕਰਕੇ ਦੇਖ ਲਓ ਕੀ ਕਹਿੰਦੇ। ਸਾਧ ਤੇ ਸੰਤ ਗੁਰਮੁਖ ਸਤ ਪੁਰਸ਼ ਬ੍ਰਹਮ ਗਿਆਨੀ ਉਹ ਨੌ ਹੀ ਲੈਦਾ ਹਨ, ਉਹਨਾਂ ਦੀ ਅਵਸਥਾ ਦਾ ਕੋਈ ਫਰਕ ਨਹੀਂ ਹੋਇਆ ਕਰਦਾ। ਜਿਹੜਾ ਜੁੜ ਗਿਆ ਆਪਾਂ ਜੁੜਨਾ ਇੱਥੇ ਕਾਹਦੇ ਵਾਸਤੇ ਆ, ਜੁੜਨ ਆਏ ਹਾਂ ਇਹਦੇ ਨਾਲ ਗੁਰੂ ਨਾਲ, ਗੁਰੂ ਦੀ ਬਾਣੀ ਨਾਲ, ਗੁਰੂ ਦੇ ਸ਼ਬਦ ਦੇ ਨਾਲ ਜੁੜਨਾ। ਜਿਹੜਾ ਸ਼ਬਦ ਨਾਲ ਜੁੜ ਗਿਆ ਸਾਧ ਸੰਗਤ ਉਹ ਜੋ ਸ਼ਬਦ ਗੁਰੂ ਦਾ ਤਾਂ ਫਿਰ ਗੁਰੂ ਦਾ ਰੂਪ ਹੀ ਬਣਨਾ ਉਸ। ਮਹਾਰਾਜ ਜੀ ਇੱਥੇ ਦੱਸਦੇ ਹਨ ਆਰੰਭ ਤੋਂ, ਕਹਿੰਦੇ ਜੋ ਕਿਛ ਕਰੈ ਸੋਈ ਪ੍ਰਭ ਮਾਨੈ ਹੋਏ ਰਾਮ ਨਾਮ ਰੰਗ ਰਾਤੇ ਤਿੰਨ ਕੀ ਸੋਭਾ ਸਭ ਨੀ ਥਾਈ ਜਿਨ ਪ੍ਰਭ ਕੇ ਚਰਨ ਪ੍ਰਾਪਤ। ਕਿੰਨੇ ਸਾਲ ਹੋ ਗਏ ਸ੍ਰੀ ਛੱਡੇ ਨੂੰ, ਧਰੂ ਨੂੰ, ਪ੍ਰਹਲਾਦ ਨੂੰ, ਕਿੰਨੇ ਲੱਖਾਂ ਸਾਲ ਹੋ ਗਏ ਸ੍ਰੀ ਛੱਡੇ ਨੂੰ, ਪਰ ਅੱਜ ਕਿਉਂ ਯਾਦ ਕਰਦੇ ਹਾਂ? ਉਹਨਾਂ ਨੇ ਨਾਮ ਜਪਿਆ, ਨਾਮ ਜਪਿਆ। ਨਾਮ ਦੀ ਮਹਿਮਾ, ਬੰਦੇ ਦੀ ਮਹਿਮਾ ਨਹੀਂ, ਨਾਮ ਦੀ ਮਹਿਮਾ। ਕਿਉਂ ਸਾਧ ਸੰਗਤ ਮਹਾਰਾਜ ਨੂੰ ਕਿਹਾ, ਪੁੱਛਿਆ ਮਹਾਰਾਜ ਇਸ ਸੰਸਾਰ 'ਤੇ ਕੋਈ ਚੀਜ਼ ਰਹਿਣੀ ਨਹੀਂ, ਆਪ ਇਹ ਉਪਦੇਸ਼ ਕਰਦੇ ਹੋ, ਜਦੋਂ ਕੋਈ ਚੀਜ਼ ਰਹਿਣੀ ਨਹੀਂ, ਕੋਈ ਚੀਜ਼ ਸੰਸਾਰ ਦੇ ਉੱਤੇ ਰਹਿਣ ਵਾਲੀ ਹੈ? ਮਹਾਰਾਜ ਜੀ ਕਹਿੰਦੇ ਹਾਂ ਭਾਈ ਰਹਿਣ ਵਾਲੀ ਨਹੀਂ। ਮਹਾਰਾਜ ਕਿਹੜੀ ਚੀਜ਼ ਰਹਿਣ ਵਾਲੀ ਹੈ? ਤੇ ਫਿਰ ਮਹਾਰਾਜ ਜੀ ਉੱਥੇ ਇਉਂ ਦੱਸਦੇ ਹਨ ਨਾਮ ਰਹੇ ਕਰ ਰਹਿਣਗੇ ਸਾਧੂ ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਨਾਮ ਰਹੇ ਕਰ ਰਹਿਣਗੇ ਸਾਧੂ ਜਿਨ੍ਹਾਂ ਨੇ ਤੇਰਾ ਨਾਮ ਜਪਿਆ।
ਸਲੋਕ ਸਰਵਣ ਕਰਦੇ ਨੌਵੇਂ ਪਾਤਸ਼ਾਹ ਉਦੋਂ ਆਪਣੇ ਇਹ ਮਹਾਰਾਜੀ ਦੱਸਦੇ ਹਨ ਨਾਮ ਰਹਿਓ ਸਾਧੂ ਰਹਿਓ ਨਾਮ ਤੇ ਰਹਿਣਾ ਹੀ ਸਾਧੂ ਕਿਉਂ ਰਹੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੇਂ ਕਿਲ ਜਪਿਓ ਗੁਰਮਤਿ ਆਈ ਜਿਨ੍ਹਾਂ ਨੇ ਗੁਰੂ ਦਾ ਮੰਤਰ ਨੂੰ ਜਪਣਾ ਕੀਤਾ ਇਸ ਸੰਸਾਰ ਤੇ ਉਹ ਵੀ ਰਹਿਣਗੇ ਇਸ ਕਰਕੇ ਮਹਾਰਾਜ ਜੀ ਸ਼ਬਦ ਵਿੱਚ ਦੱਸਦੇ ਹਨ ਜੋ ਕੁਛ ਕਰੈ ਸੋਈ ਪ੍ਰਭ ਮਾਨੈ ਓਏ ਰਾਮ ਨਾਮ ਰੰਗ ਰਾਤੇ ਕਹਿੰਦੇ ਜੋ ਉਹ ਕਰਦੇ ਆ ਕੌਣ ਕਰਦੇ ਆ ਜਿੰਨੇ ਆਪ ਬੈਠੇ ਹੋ ਨਾ ਤੁਸੀਂ ਵੀ ਇਹ ਕਰ ਸਕਦੇ ਹੋ ਸਾਰੇ ਕਰ ਸਕਦੇ ਆ ਮਹਾਰਾਜ ਨੇ ਸਾਰਿਆਂ ਨੂੰ ਅਧਿਕਾਰ ਦਿੱਤਾ ਪਰ ਨਾਮ ਜਪੋ ਕਹਿੰਦੇ ਜੋ ਕੁਛ ਕਰੈ ਸੋਈ ਪ੍ਰਭ ਮਾਨੈ ਕਹਿੰਦੇ ਕਹਿੰਦੇ ਫਿਰ ਉਹ ਜੋ ਪਰਮੇਸ਼ੁਰ ਭਗਤ ਜਾਣ ਕਰਦੇ ਹਨ ਕਹਿੰਦੇ ਫਿਰ ਪਰਮੇਸ਼ੁਰ ਉਹਨਾਂ ਦੀ ਮੰਨਦਾ ਕਿਹਨਾਂ ਦੀ ਮੰਨਦਾ ਮਹਾਰਾਜ ਦੀ ਨਾਲ ਤਸੱਲੀ ਕਰਾਈ ਜਾਂਦੇ ਹਨ ਉਹ ਰਾਮ ਨਾਮ ਰੰਗ ਰਾਤੇ ਕਹਿੰਦੇ ਜਿਹੜੇ ਪਰਮੇਸ਼ੁਰ ਦੇ ਨਾਮ ਦੇ ਵਿੱਚ ਰੱਤੇ ਹੋਏ ਹਨ ਫਿਰ ਉਹਨਾਂ ਦੀ ਉਹ ਹੀ ਤਿੰਨ ਕੀ ਸੋਭਾ ਸਭ ਨੀ ਥਾਂ ਜਿਨ ਪ੍ਰਭ ਕੇ ਚਰਨ ਪ੍ਰਾਪਤ ਕਿਵੇਂ ਕਰਦੇ ਆ ਸਾਧ ਸੰਗਤ ਆਓ ਇਹ ਸੰਤ ਮਹਾਰਾਜ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਉਹਨਾਂ ਦੀ ਸੇਵਾ ਚ ਦਾਸ ਰਿਹਾ ਵੀਹ ਸਾਲ ਆਪਣੀ ਹੱਡ ਬੀਤੀ ਦੱਸਦਾ ਵੀ ਉਹ ਮਹਾਂਪੁਰਸ਼ ਜਿਹੜੇ ਪੂਰਨ ਹੁੰਦੇ ਹਨ ਸਾਧ ਸਿੰਘ ਤੋਂ ਵਾਹਿਗੁਰੂ ਦੇ ਭਾਣੇ ਚ ਰਹਿੰਦੇ ਅਸੀਂ ਦੇਖਿਆ ਵੀ ਕਿਵੇਂ ਰਹਿੰਦੇ ਸਨ ਸਭ ਤੋਂ ਵੱਡੀ ਜਿਹੜੀ ਸੰਸਾਰ ਦੇ ਉੱਤੇ ਵਸਤੂ ਹੈ ਦਾਤ ਹੈ ਨਾ ਕਹਿੰਦੇ ਹਨ ਭਾਣੇ ਜੇਵੜ ਦਾਤ ਨਾ ਕੋਈ ਭਾਣਾ ਜਿਸੇ ਮਨਾਇੰਦਾ ਸਭ ਤੋਂ ਵੱਡੀ ਕਿੰਨੀਆਂ ਸ਼ਕਤੀਆਂ ਹੋ ਜਾਣ ਕਰਾਮਾਤਾਂ ਹੋ ਜਾਣ ਜਲੇਬੀਆਂ ਆਪਣੇ ਬਣਾ ਕੇ ਦਰਖਤਾਂ ਤੋਂ ਸਿੱਟੀ ਜਾਵੇ ਸਾਧ ਸੰਗਤ ਜੋ ਮਰਜ਼ੀ ਕਰਾਮਾਤਾਂ ਉਹਦੇ ਅੰਦਰ ਆ ਜਾਣੀਆਂ ਸਾਰਿਆਂ ਨਾਲੋਂ ਵੱਡੀ ਸ਼ਕਤੀ ਪਰਮੇਸ਼ੁਰ ਦੀ ਜਿਹੜੀ ਆ ਨਾ ਉਹਦੇ ਭਾਣੇ 'ਚ ਰਹਿਣਾ ਸਾਰਾ ਕੁਛ ਪਾ ਕੇ ਵੀ ਉਹਨੂੰ ਗੁਪਤ ਰੱਖਣਾ ਛਪਾ ਕੇ ਰੱਖਣਾ ਸਭ ਤੋਂ ਵੱਡੀ ਵਸਤੂ ਇਹ ਆ ਸਭ ਤੋਂ ਵੱਡੀ ਸ਼ਕਤੀ ਜਿਹੜੀ ਭਾਣੇ 'ਚ ਵਿੱਚ ਰਹਿਣ ਦੀ ਇਉਂ ਸਾਧ ਸੰਗਤ ਸੰਤ ਮਹਾਰਾਜ ਦਾਸ ਉਹਨਾਂ ਦੀ ਜਦੋਂ ਸੇਵਾ 'ਚ ਸੀਗਾ ਇੱਕ ਵਾਰ ਸੰਤ ਮਹਾਰਾਜ ਜੀ ਤਕਰੀਬਨ 76-77 ਦੀ ਗੱਲ ਹੈ ਬਾਹਰ ਖੇਤਾਂ ਵਿੱਚ ਖੇਤੀ ਕਰਾਇਆ ਕਰਦੇ ਸੰਤ ਈਸਰ ਸਿੰਘ ਜੀ ਮਹਾਰਾਜ ਸੰਗਤ ਨੂੰ ਸੱਤ ਉਪਦੇਸ਼ ਕੀਰਤਨ ਰਾਹੀਂ ਉਹਨਾਂ ਦੀ ਇਹ ਡਿਊਟੀ ਸੰਤ ਬਾਬਾ ਅਤਰ ਸਿੰਘ ਉਹਨਾਂ ਨੇ ਲਾਈ ਅਤੇ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਦੀ ਡਿਊਟੀ ਕਹਿੰਦੇ ਭਾਈ ਤੁਸੀਂ ਸਾਰੀ ਡੇਰੇ ਦੀ ਸੰਭਾਲ ਕਰਨੀ ਕਰਦੇ ਬਚਨ ਮੰਨਦੇ ਸੱਤ ਦੋਨੋਂ ਹੀ ਇੱਕ ਰੂਪ ਹਨ ਦੋ ਸਰੀਰ ਹਨ ਜੋਤ ਇੱਕ ਪਰ ਦੇਖੋ ਆਪਣੇ ਮਹਾਂਪੁਰਸ਼ਾਂ ਦਾ ਬਚਨ ਕਿਵੇਂ ਕਮਾਉਂਦੇ ਹਨ ਨਾਮ ਦੀ ਦਾਤ ਸਾਧ ਸੰਗਤ ਸੰਤ ਈਸ਼ਰ ਸਿੰਘ ਜੀ ਮਹਾਰਾਜ ਦਿੰਦੇ ਆਏ ਛੋਟੇ ਮਹਾਰਾਜ ਨੇ ਕਦੇ ਨਾਮ ਨਹੀਂ ਸੀ ਦਿੱਤਾ ਕਹਿੰਦੇ ਭਾਈ ਇਹ ਸਾਡੀ ਡਿਊਟੀ ਨਹੀਂ ਇਹ ਉਹਨਾਂ ਦੀ ਡਿਊਟੀ ਲੱਗੀ ਆ ਸਾਡੀ ਹੈਗਾ ਖੇਤੀਬਾੜੀ ਲੰਗਰ ਚਲਾਉਣੇ ਸਾਡੇ ਡੇਰੀ ਦੀ ਸੰਭਾਲ ਕਰਨੀ ਉਹਨਾਂ ਦੀ ਡਿਊਟੀ ਕਿੱਡੀ ਵੱਡੀ ਗੱਲ ਹੈ ਨਹੀਂ ਤਾਂ ਹਰੇਕ ਕਹਿੰਦਾ ਵੀ ਮੇਰੇ ਸੇਵਕ ਵਾਂਗ ਮੇਰੀ ਸੋਭਾ ਵਡਿਆਈ ਹੋਵੇ ਬਸ ਉਹੀ ਤਾਂ ਫਰਕ ਹੁੰਦਾ ਉਹ ਮਹਾਂਪੁਰਸ਼ਾਂ ਦਾ ਉਹਨਾਂ ਨੇ ਕਿਹੜੀ ਕੀ ਦੀ ਵਡਿਆਈ ਕਾਹਦੇ ਵਾਸਤੇ ਸੇਵਕ ਬਣਾਉਣੇ ਆ ਉਹ ਤਾਂ ਆਪ ਹੀ ਸਾਰੇ ਸੰਸਾਰ ਦਾ ਰੂਪ ਬਣੇ ਹੋਏ ਹਨ ਬਿਰਤੀ ਦਾ ਫਰਕ ਹੈ ਕਹਿਰ ਸਾਧ ਸੰਗਤ ਉਹ ਇੱਕ ਵਾਰ ਮਹਾਰਾਜ ਖੇਤਾਂ 'ਚ ਬੈਠੇ ਬਾਹਰ ਬੈਠੇ ਬੈਠੇ ਇੱਕ ਬਾਬਾ ਨਾਰ ਸਿੰਘ ਸੀ ਸੰਤ ਮਹਾਰਾਜ ਦਾ ਸੇਵਾਦਾਰ ਵੀ ਰਿਹਾ ਭੁੱਟੇ ਦਾ ਸੀ ਉਹ ਸਾਧ ਸੰਗਤ ਇਹ ਵਿੱਦਿਆ ਜੋ ਜੋਸ਼ ਅਤੇ ਵਿੱਦਿਆ ਹੈ ਉਹ ਵੀ ਉਹਦੇ ਪੜ੍ਹੇ ਹੋਏ ਸੀ ਬਹੁਤ ਚੰਗਾ ਸੀ ਸਾਰੀ ਜ਼ਿੰਦਗੀ 'ਚ ਉਹਨੇ ਗਾਲ ਕੱਢ ਕੇ ਨਹੀਂ ਸੀ ਦੇਖੀ ਪਰਿਵਾਰ ਵਾਲਾ ਬੱਚਿਆਂ ਵਾਲਾ ਸੀ ਬਹੁਤ ਸ਼ਰਧਾ ਪ੍ਰੇਮ ਵੀ ਸੀ ਹੱਥ ਦੇਖ ਕੇ ਸਾਰਿਆਂ ਦੇ ਆਪਣਾ ਜਿੰਨਾ ਕੁ ਆਈਡੀਆ ਇੱਕ ਵਿੱਦਿਆ ਇਹ ਸਾਧ ਸੰਗਤ ਖੈਰ ਸੰਤ ਮਹਾਰਾਜ ਜੀ ਹੱਸਿਆ ਕਰੇ ਉਹਦੇ ਨਾਲ
ਮਹਾਰਾਜ ਜੀ ਬਾਹਰ ਬੈਠੇ ਖੇਤਾਂ ਚ, ਮੈਂ ਵੀ ਕੋਲੇ ਬੈਠਾ। ਮਹਾਰਾਜ ਕਹਿੰਦੇ ਬਾਬਾ ਆ ਦੇਖ ਤਾਂ ਮੇਰਾ ਹੱਥ ਕੋਈ ਰੇਖਾ ਰੂਖਾ ਬਦਲੀ ਕਿ ਨਹੀਂ ਬਦਲੀ। ਹੱਥ ਫੜ ਲਿਆ, ਰੇਖਾ ਦੇ ਕੇ ਸ਼ੀਸ਼ਾ ਰੱਖਦਾ ਸੀ, ਸ਼ੀਸ਼ਾ ਜਿਹੜੀ ਛੋਟੀ ਛੋਟੀ ਰੇਖਾ ਸ਼ੀਸ਼ੇ ਨਾਲ ਬੜੀਆਂ ਦਿਖਿਆ ਕਰਦੀ। ਹੱਥ ਰੇਖਾ ਦੇਖ ਕੇ ਕਹਿਣ ਲੱਗਾ ਮਹਾਰਾਜ ਆਪ ਜਿਹਨਾਂ ਤਾਂ ਇੱਥੇ ਕਰੋੜਾਂ ਹੀ ਇੱਟਾਂ ਅਜੇ ਲਾਉਣੀਆਂ ਨੇ, ਬਹੁਤ ਕੁਛ ਬਣਾਉਣਾ, ਕਰੋੜਾਂ ਇੱਟਾਂ ਲਾਉਣੀਆਂ ਨੇ, 77 ਦੀ ਗੱਲ ਹੈ। ਮੈਂ ਵੀ ਕੋਲ ਬੈਠਾ, ਮੈਨੂੰ ਕਹਿੰਦੇ ਆਹ ਦੇਖ ਲਾ, ਸੁਣ ਲਓ ਅਤੇ ਦਿਖਾ ਲਓ ਇਹਨੂੰ ਹੱਥ। ਕਹਿੰਦੇ ਬਾਬਾ ਅਸੀਂ ਤਾਂ, ਸਾਡੀ ਤਾਂ ਕੋਈ ਇੱਛਾ ਹੀ ਨਹੀਂ ਇੱਟਾਂ ਲਾਉਣ ਦੀ, ਸਾਡਾ ਤਾਂ ਫੁਰਨਾ ਹੀ ਨਹੀਂ ਕੋਈ ਹੈਗਾ। ਹਾਂ ਮਹਾਰਾਜ ਵਾਕਿਆ ਤੁਹਾਡਾ ਫੁਰਨਾ ਨਹੀਂ ਹੈਗਾ, ਕੋਈ ਫੁਰਨਾ ਨਹੀਂ, ਪਰ ਸੰਗ ਦੇ ਪਰਉਪਕਾਰ ਵਾਸਤੇ ਜੋ ਕਰਨਾ ਉਹ ਕਰਨਾ ਹੀ ਹੈ। ਹਰ ਇੱਕ ਜੀਵ ਦਾ ਕੰਮ ਹੈ ਪਰਉਪਕਾਰ ਕਰਨ ਦਾ। ਕਹਿਣ ਲੱਗੇ ਮਹਾਰਾਜ ਜੀ ਮੈਂ ਤਾਂ ਆਪ ਜੀ ਨੇ ਮੈਨੂੰ ਹੁਕਮ ਕੀਤਾ, ਮੈਂ ਤਾਂ ਸਿਰਫ ਰੇਖਾ ਦੇਖ ਕੇ ਤੁਹਾਡੀ ਦੱਸੀ ਆ ਵੀ ਕਰੋੜਾਂ ਇੱਟਾਂ ਲਾਉਣੀ। ਸਾਧ ਸੰਗਤ ਖੈਰ ਵਾਕਿਆ ਹੀ ਐਵੇਂ ਹੋਇਆ, ਉਦੋਂ ਬਾਅਦ ਬਹੁਤ ਕੁਛ ਬਣਿਆ। ਉਹਨਾਂ ਨੂੰ ਕੋਈ ਪਤਾ ਨਹੀਂ ਸੁੱਤੇ ਸਿੱਧ ਕੰਮ ਹੁੰਦਾ ਸੀ। ਜਦੋਂ ਮੈਂ ਕਿਹਾ ਸੰਤ, ਅਸੀਂ ਸਾਧ ਸੰਗਤ ਸੰਤ ਮਹਾਰਾਜ ਦੀ ਸੰਗਤ ਅਸੀਂ ਬਚਪਨ ਤੋਂ ਹੀ, ਕਦੇ ਪੰਡਤਾਂ ਦੇ ਕਦੇ ਹੋਰ ਜੋਸ਼ਤੀਆਂ ਦੇ ਕਦੇ ਹੱਥ ਨਹੀਂ ਸੀ ਦਿਖਾਇਆ। ਇਹ ਰੇਖਾ ਨੇ ਬਦਲਦੀਆਂ ਨੇ, ਕਰਮ ਬਦਲਦੇ ਆ, ਜੈਸੇ ਕਰਮ ਕਰੋਗੇ ਉਹ ਬਦਲਣੀ ਆ, ਰੇਖਾ ਵੀ ਉਹਦੇ ਨਾਲ ਚੇਂਜ ਹੁੰਦੀਆਂ ਨੇ। ਖੈਰ ਸਾਧ ਸੰਗਤ ਮੇਰੇ ਵੀ ਮਨ 'ਚ ਆਇਆ, ਮੈਂ ਕਿਹਾ ਚਲੋ ਮਹਾਰਾਜ ਨੂੰ ਇਹ, ਮੈਂ ਜਦੋਂ ਹੱਥ ਦਿਖਾਇਆ ਪਹਿਲਾਂ ਵੀ ਮਹਾਰਾਜ ਦਿਖਾਇਆ ਕਰਦੇ, ਤਕਰੀਬਨ 69 ਦੀ ਗੱਲ ਹੈ। ਮੈਂ ਕਿਹਾ ਚਲੋ ਮੈਂ ਵੀ ਦਿਖਾ ਲੈਂਦਾ ਬਾਬੇ ਨੂੰ। ਮੈਂ ਲੈ ਗਿਆ ਇੱਕ ਵਾਰ ਬਾਬਾ ਨੂੰ, ਮੈਂ ਕਿਹਾ ਬਾਬਾ ਦੱਸ ਮੇਰੇ ਕਰਮਾਂ 'ਚ ਕੋਈ ਸੇਵਾ ਭਜਨ ਬੰਦਗੀ ਹੈ। ਪੁੱਛਣ ਵਾਲੀ ਤਾਂ ਗੱਲ ਇਹ ਹੈ ਸਾਧ ਸੰਗਤ, ਹੋਰ ਸੰਸਾਰ ਦੀ ਗੱਲਾਂ ਦਾ ਕੀ ਪੁੱਛਣਾ, ਮੇਰੇ ਬੱਚੇ ਦਾ ਵਿਆਹ ਹੋਊਗਾ ਨਾ ਹੋਊਗਾ, ਵਿਆਹ ਉਹਦਾ ਲੜਾਈ ਝਗੜੇ ਹੋਣੇ, ਉੱਥੇ ਹੋਰ ਕੀ ਹੋਣਾ, ਲੜਨਾ ਹੀ ਆ ਸੱਸਾਂ ਨੂੰ ਹਾਂ, ਬਣਦੀ ਕੀ ਦੀ ਆ ਦੱਸੋ, ਕਿਵੇਂ ਡਿਵੋਰਸ ਹੋ ਰਹੇ ਆ, ਕੋਈ ਇੱਕ ਦੂਜੇ ਦੀ ਗੱਲ ਸਹਾਰ ਕੇ ਰਾਜੀ ਨਹੀਂ ਗਾ। ਕਿਉਂ ਸਾਧ ਸੰਗਤ? ਉਹ ਸਿਰਫ ਮੇਰੇ ਰੇਖਾ ਦੇਖ ਕਿਹਾ, ਕਹਿਣ ਲੱਗੇ ਭਾਈ ਦੇਖ ਤੇਰੇ ਕਰਮਾਂ ਵਿੱਚ ਇੱਕ ਵਿਆਹ ਲਿਖਿਆ 28 ਸਾਲ ਤੱਕ ਹੋਊਗਾ ਲਿਖਿਆ, ਪਰ ਇਹ ਵੀ ਉਸਨੇ ਕਿਹਾ, ਕਹਿੰਦੇ ਜੇ ਕੋ ਕਰਮ ਨੇ ਸਾਧ ਸੰਗਤ ਨਾਮ ਜਪੋ ਸਾਰੇ ਕਰਮ, ਜਦੋਂ ਕਰਮ ਹੀ ਖਤਮ ਹੋ ਜਾਂਦੇ ਆ ਹਰ ਇੱਕ ਚੀਜ਼ ਖਤਮ ਹੁੰਦੀ। ਕਹਿਣ ਲੱਗੇ ਵੀ ਜੇ ਮਹਾਂਪੁਰਸ਼ ਸੇਵਾ 'ਤੇ ਖੁਸ਼ ਹੋ ਜਾਣ, ਕਹਿੰਦੇ ਵੀ ਉਹ ਕਰਮ ਕੱਟ ਵੀ ਸਕਦੇ। ਇਹ ਉਸਨੇ ਬਚਨ ਕਰੇ। ਕਹਿੰਦੇ ਤੈਨੂੰ, ਅਜੇ ਮੈਂ ਮਹਾਰਾਜ ਦੀ ਸੇਵਾ 'ਚ ਲੱਗਿਆ ਨਹੀਂ ਸੀ ਉਦੋਂ ਦੀ ਗੱਲ, ਕਹਿੰਦੇ ਤੈਨੂੰ ਇੱਕ ਐਸੀ ਸੇਵਾ ਮਿਲਣੀ ਹੈ, ਕਹਿੰਦੀ ਤੇਰੀ ਸਾਰੀ ਉਮਰ ਹੀ, ਫਿਰ ਸਾਰੀ ਜ਼ਿੰਦਗੀ ਉਹ ਤੇਰੀ ਸੇਵਾ ਤੇਰੀ ਨਿਭਣੀ ਆ, ਤੇਰਾ ਮਨ ਨਹੀਂ ਕਦੇ ਡੋਲੂ। ਫਿਰ ਕੋਈ ਸੋਚਿਆ ਵੀ ਨਹੀਂ ਸੀ, ਮੇਰੇ ਤੋਂ ਪਹਿਲਾਂ ਸ਼ੇਰ ਸਿੰਘ ਛੋਟੇ ਮਹਾਰਾਜ ਦੀ ਸੇਵਾ 'ਚ ਸੀ, ਪਹਿਲਾਂ ਦਾਦ ਸੰਤ ਈਸ਼ਵਰ ਸਿੰਘ ਜੀ ਮਹਾਰਾਜ ਦੇ ਜਥੇ 'ਚ ਨਾਲ ਜਾਂਦੇ ਰਹੇ, ਮਹਾਰਾਜ ਦੇ ਬਾਸਰ ਧੋਂਦੇ ਰਹੇ, ਢੋਲਕੀ ਜਥੇਦਾਰ ਜੀ 'ਤੇ ਉਹਨਾਂ 'ਤੇ ਸਿੱਖੀ ਸੀ। ਕਹਿਣ ਸਾਧ ਸੰਗਤ 70 ਦੇ ਆਪਣੇ ਸੰਨ ਚੜ੍ਹਨ ਦੇ 70 ਚੜ੍ਹਿਆ, 71ਵਾਂ ਚੜ੍ਹਨ ਵਾਲਾ ਸੀ, 600 ਦਾ ਫੁਰਨਾ ਬਣਿਆ ਵੀ ਮੈਂ ਮੌਨ ਰੱਖਣਾ, ਮੈਂ ਵੀ ਉੱਥੇ ਨਾਲ ਸੀ। ਖੈਰ ਉਸਨੇ ਫਿਰ ਮੈਨੂੰ ਕਿਹਾ ਵੀ ਤੈਨੂੰ ਸੇਵਾ 'ਚ ਲਾਉਣਾ ਹੈ। ਮਹਾਰਾਜ ਨੂੰ ਬੇਨਤੀ ਕੀਤੀ ਉਸਨੇ, ਮਹਾਰਾਜ ਜੀ ਮੈਂ ਤਾਂ ਮੌਨ ਰੱਖਣਾ, ਹੁਣ ਮੇਰਾ ਫੁਰਨਾ ਇਹ ਆਪ ਜੀ ਦੀ ਸੇਵਾ ਕਰਨਾ। ਕਹਿਣ ਲੱਗੇ ਅੱਛਾ ਭਾਈ। ਖੈਰ ਸਾਧ ਸੰਗਤ ਦਾਸ ਨੂੰ ਸੇਵਾ 'ਚ ਲਾ ਦਿੱਤਾ, ਸੇਵਾ ਕਰਦੇ ਰਹੇ ਕਰਦੇ ਰਹੇ। ਵੈਸੇ ਤਾਂ ਹੁਣ ਸਾਧ ਸੰਗਤ ਬਚਨ ਤਾਂ ਉਹਨਾਂ ਜਿੰਨਾ ਮਰਜ਼ੀ ਕਰੀ ਚੱਲੋ, ਸਮਾਂ ਵੀ ਥੋੜ੍ਹਾ ਕਿ ਸਾਲ ਵੀ ਮਿੰਟ 15-12 ਰਹਿੰਦੇ ਆ, ਸਾਲ ਤਾਂ ਸਾਧ ਸੰਗਤ ਸਮਾਂ ਨਹੀਂ ਖੜਦਾ ਨਹੀਂ, ਸਾਲ ਇਹ ਖਤਮ ਹੋਣਾ ਸ਼ੁਰੂ ਹੋਣਾ ਇੱਕ ਗਿਣਤੀ ਆ, ਪੁਰਾਣਾ ਸਾਲ ਅਤੇ ਨਵਾਂ ਸਾਲ ਕੋਈ ਇੱਕੋ ਹੀ ਚੀਜ਼ ਆ, ਕੋਈ ਫਰਕ ਨਹੀਂ। ਇਸ ਬਹਾਨੇ ਨਾਲ ਸਾਰੇ ਆਪ ਜੁੜੇ ਹੋ, ਬਈ ਪੁਰਾਣੇ ਸਾਲ 'ਚ ਵੀ ਗੁਰੂ ਮਹਾਰਾਜ ਦੇ ਦਰਸ਼ਨ ਕਰਾਂਗੇ, ਸੰਗਤ ਕਰਾਂਗੇ, ਨਵੇਂ ਵਿੱਚ ਸ਼ੁਰੂ ਵਿਘਨ ਦੇ ਵਿੱਚ, ਸਮਾਂ ਇਹ ਖੜਦਾ ਨਹੀਂ, ਇੱਕ ਗਿਣਤੀ ਹੈ ਸਾਧ ਸੰਗਤ। ਇਉਂ ਮਹਾਰਾਜ ਜੀ ਖੈਰ ਸਾਧ ਸੰਗਤ 77 ਜਦੋਂ ਸੰਨ ਹੋਇਆ, ਕੁਦਰਤੀ ਮਹਾਰਾਜ ਜੀ ਦਾ ਰੋਜ਼ ਇਸ਼ਨਾਨ ਕਰਾਇਆ ਕਰਦੇ, 2 ਵਜੇ 2:30 ਵਜੇ ਦੇ ਇਸ਼ਨਾਨ ਕਰਾਉਂਦੇ ਸੀ ਮਹਾਰਾਜ ਦਾ, ਕਦੇ ਡਾਂਗਾ ਨਹੀਂ ਸੀ, ਗਰਮੀਆਂ ਵਿੱਚ ਠੰਡੇ 2 ਟੱਪ ਭਰਨੇ, ਗਰਮੀਆਂ ਵਿੱਚ ਥੋੜ੍ਹਾ ਕੋਸਾ ਜਿਹਾ ਪਾਣੀ ਰੱਖਣ, ਮਹਾਰਾਜ ਇਸ਼ਨਾਨ ਕਰਨਾ, ਸ਼ਹਿਰਾ ਕਸੂਰਾ ਸਾਧ ਸੰਗਤ ਬਾਤ ਸਾਫ਼ ਕਰਨਾ, ਮਹਾਰਾਜ ਨੇ ਆਪਣੇ ਕਮਰੇ ਵਿੱਚ ਸੋਏ ਸਰੂਪ ਆਪਣਾ
ਪਰਮੇਸ਼ਰ ਵਿੱਚ ਜੁੜ ਜਾਣਾ ਉਹ ਤਾਂ ਪਰਮੇਸ਼ਰ ਦਾ ਰੂਪ ਹੀ ਜੁੜਨਾ ਉਹਨਾਂ ਨੇ ਕਿੱਥੇ ਸੀ ਕਿ ਸਾਡੇ ਵਾਸਤੇ ਪ੍ਰੈਕਟੀਕਲੀ ਕਰਨ ਦੀ ਲੋੜ ਸੀ ਜੇ ਨਾ ਉਹ ਉੱਠਦੇ ਕਰਦੇ ਤਾਂ ਅਸੀਂ ਕਿੱਥੋਂ ਸਿੱਖਦੇ ਉਹਨਾਂ ਦੇ ਮਨ ਕਿੱਥੋਂ ਉਹਨਾਂ ਦਾ ਮਨ ਦਾ ਰੂਪ ਹੀ ਇੱਕ ਰੂਪ ਸੀ ਸਾਰੇ ਖੈਰ ਸਾਧ ਸਿੰਘ ਦੇ ਦੂਜੇ ਪਾਸੇ ਫਿਰ ਅਸੀਂ ਇਸ਼ਨਾਨ ਕਰਕੇ ਮੇਰਾ ਕਮਰਾ ਵੀ ਨਾਲ ਹੀ ਸੀ ਅਸੀਂ ਵੀ ਉੱਥੇ ਬਹਿ ਜਾਂਦੇ ਉਸ ਦਿਨ ਕੁਦਰਤੀ ਕੀ ਹੋਇਆ ਸਾਧ ਸਿੰਘ 69 ਦੀ ਗੱਲ ਕੀਤੀ 71 ਵਿੱਚ ਮੈਨੂੰ ਉਹ ਸੇਵਾ ਮਿਲੀ ਕਦੇ ਸੋਚਿਆ ਵੀ ਨਹੀਂ ਸੀ ਖੈਰ 77 ਵਿੱਚ ਬਣੇ ਮਹਾਰਾਜ ਤੋਂ ਬਾਅਦ ਸਾਧ ਸੰਗਤ ਉੱਥੇ ਬੈਠੇ ਹੁੰਦੇ ਆਪਣੇ ਚੌਂਕੜਾ ਮਾਰ ਕੇ ਜਿਵੇਂ ਕਹਿੰਦੇ ਇਹ ਆਕਾਸ਼ਵਾਣੀ ਹੁੰਦੀ ਹੈ ਉਹ ਲੈ ਲਓ ਜਦੋਂ ਐਸੇ ਕੌਤਕ ਹੁੰਦਾ ਕੋਈ ਉਹ ਧੁੰਦਲਾ ਨੀਂਦ ਜਿਹੀ ਹੁੰਦੀ ਹੈ ਬੰਦਾ ਬੈਠਾ ਹੁੰਦਾ ਹੈ ਉਹਦੀ ਬਿਰਤੀ ਜਿਹੜੀ ਹੁੰਦੀ ਹੈ ਸਾਧ ਸੰਗਤ ਜੁੜੀ ਹੁੰਦੀ ਹੈ ਪਰ ਐਂ ਹੁੰਦਾ ਜਿਵੇਂ ਕੋਈ ਨੀਂਦ ਆਈ ਨਹੀਂ ਆਕਾਸ਼ਬਾਣੀ ਕਹਿ ਲਓ ਜਾਂ ਐਸੀਆਂ ਗੱਲਾਂ ਪਰਮੇਸ਼ਰ ਕਹਿੰਦਾ ਤਾਂ ਉਹੋ ਜਿਹੀ ਅਵਸਥਾ ਵਿੱਚ ਹੁੰਦਾ ਖੈਰ ਮੈਂ ਬੈਠਾ ਮੈਨੂੰ ਕਦੇ ਸੁਪਨਾ ਨਹੀਂ ਸੀ ਆਇਆ ਕਦੇ ਮੈਨੂੰ ਨਹੀਂ ਸੀ ਸੁਪਨਾ ਆਇਆ ਸੁਪਨਾ ਕਾਹਤੇ ਆਵੇ ਸੁਪਨਾ ਤਾਂ ਜਿਹੋ ਜਿਹੇ ਮਨ ਦੇ ਫੁਰਨੇ ਆ ਉਹੀ ਆਉਂਦੇ ਆ ਜਦੋਂ ਹਰ ਵਕਤ ਰਹਿਣਾ ਹੀ ਮਹਾਂਪੁਰਸ਼ਾਂ ਦੇ ਨਾਲ ਕਥਾ ਕੀਰਤਨ ਦੇ ਨਾਲ ਹੀ ਸਾਰਾ ਮਨ ਬਣਿਆ ਤਾਂ ਫੁਰਨਾ ਕੀ ਕਿੱਥੋਂ ਆਊਗਾ ਸਾਧ ਸਿੰਘ ਤਾਂ ਸਾਡੇ ਪਿਤਾ ਜੀ ਇੱਧਰ ਰਹਿੰਦੇ ਜੀ ਸਾਡੇ ਪਿਤਾ ਜੀ ਚਲੇ ਗਏ ਜਾ ਕੇ ਸਾਧ ਸੰਗਤ ਮਹਾਰਾਜ ਨੂੰ ਬੇਨਤੀ ਕੀਤੀ ਸੰਤ ਕਿਸ਼ਨ ਸਿੰਘ ਮਹਾਰਾਜ ਇਹ ਜਾਣੀ ਮੈਂ ਬੈਠਾ ਹੈ ਬੈਠੇ ਹੀ ਬੈਠੇ ਫਿਰ ਇਹ ਸਾਰੀ ਜੋ ਗੱਲ ਹੋਈ ਉਹ ਤੁਹਾਨੂੰ ਸੁਣਾ ਰਿਹਾ ਹੱਡ ਵੀ ਕਹਿ ਸਾਧ ਸਿੰਘ ਜਦੋਂ ਪਿਤਾ ਜੀ ਦੇ ਮਾਰ ਸਾਡੇ ਮਾਤਾ ਮਹਾਰਾਜ ਜੀ ਦੇ ਪਾਸ ਆਏ ਕਹਿਣ ਲੱਗੇ ਮਹਾਰਾਜ ਜੀ ਹੁਣ ਇਹਨੂੰ ਭੇਜ ਦਿਓ ਮਹਾਰਾਜ ਜੀ ਵੱਡੇ ਉਹ ਵੀ ਹੁਣ ਆਪ ਸੱਚਖੰਡ ਚਲੇ ਗਏ ਅਤੇ ਸਾਡਾ ਫੁਰਨਾ ਵੀ ਇਹਨੂੰ ਲੈ ਜਾਈਏ ਇਹਦਾ ਵਿਆਹ ਵੂ ਕਰ ਜਾਈਏ ਸਾਧ ਸਿੰਘ ਤੋਂ ਮਹਾਰਾਜ ਮੈਨੂੰ ਬੁਲਾਇਆ ਕਹਿਣ ਲਏ ਕਹਿੰਦੇ ਉਰੇ ਆ ਬਈ ਤੇਰੇ ਪਿਤਾ ਜੀ ਆਇਆ ਤੈਨੂੰ ਲਿਜਾਣ ਨੂੰ ਕਹਿੰਦੇ ਮੈਂ ਮਹਾਰਾਜ ਜੀ ਮੇਰੇ ਉਹ ਸਾਰਾ ਸੀਨ ਉਵੇਂ ਹੀ ਯਾਦ ਹੈ ਜਿਵੇਂ ਦੇਖਿਆ ਬਿਲਕੁਲ ਉਵੇਂ ਹੀ ਕਹਿਣ ਲੱਗੇ ਮੈਂ ਕਿਹਾ ਮਹਾਰਾਜ ਜੀ ਮੈਂ ਕਾਹਤੇ ਜਾਣਾ ਮੈਂ ਤਾਂ ਲੋੜ ਨਹੀਂ ਮੈਂ ਤਾਂ ਚਰਨਾਂ 'ਚ ਸੇਵਾ ਕਰਦਾ ਮੈਂ ਐਡੀ ਵੱਡੀ ਸੇਵਾ ਛੱਡ ਕੇ ਮੈਂ ਉੱਥੇ ਜਾਊਂਗਾ ਮੈਂ ਨਹੀਂ ਜਾਣਾ ਮਹਾਰਾਜ ਜੀ ਮੇਰਾ ਫੁਰਨਾ ਹੀ ਨਹੀਂ ਫਿਰ ਪਿਤਾ ਜੀ ਕਹਿਣ ਲੱਗੇ ਮਹਾਰਾਜ ਮੈਂ ਐਡੀ ਦੂਰੋਂ ਪਾਸਪੋਰਟ ਲਿਆਇਆ ਟਿਕਟ ਲਿਆਇਆ ਆਹ ਲਿਆਇਆ ਫਲਾਨਾ ਜਿਵੇਂ ਸੰਸਾਰੀ ਚੀਜ਼ਾਂ ਦਾ ਮੋਹ ਮਮਤਾ ਬਸ ਫਿਰ ਜਦੋਂ ਵਾਰ ਵਾਰ ਕਹੀ ਗਿਆ ਮਹਾਰਾਜ ਜੀ ਕਹਿਣ ਲੱਗੇ ਗੱਲ ਸੁਣ ਮੇਰੀ ਤੂੰ ਐਂ ਕਰ ਸਾਡਾ ਬਚਨ ਮੰਨ ਕਹਿੰਦੇ ਹੁਣ ਤੂੰ ਐਡੀ ਦੂਰੋਂ ਆਇਆ ਤੂੰ ਇਹਦੇ ਨਾਲ ਚਲੇ ਜਾ ਸਾਡਾ ਬਚਨ ਮੰਨ ਨਾ ਕਰ ਕਹਿਣ ਲੱਗੇ ਜੇ ਜੀ ਲੱਗਿਆ ਥੋੜ੍ਹੇ ਮੋਟੇ ਰਹੀ ਜੇ ਨਾਲ ਹੀ ਗਿਆ ਜੇ ਤੂੰ ਮੁੜੇ ਆਈ ਪਰ ਇੱਕ ਵਾਰ ਚਲੋ ਹੁਣ ਐਡੀ ਦੂਰੋਂ ਆਇਆ ਸਾਡਾ ਬਚਨ ਮੰਨ ਲਾ ਤੂੰ ਜਾ ਮੈਂ ਕਿਹਾ ਸੱਤ ਬਚਨ ਮਹਾਰਾਜ ਸਾਧ ਸੰਗਤ ਬਾਪੂ ਜੀ ਨੇ ਇੱਥੇ ਇੰਗਲੈਂਡ ਆ ਗਏ ਸਾਰਾ ਇਹਨਾਂ ਦੀ ਬਣਾਉਤ ਬਣਾਈ ਜਿਵੇਂ ਕਹਿਣ ਲੱਗੇ ਵੀ ਹੁਣ ਇਹਦਾ ਵਿਆਹ ਕਰ ਦਿਓ ਸਾਰਾ ਕੁਛ ਪ੍ਰਬੰਧ ਹੋ ਗਿਆ ਲੜਕੀ ਦੇਖ ਲਈ ਸਾਧ ਸੰਗਤ ਆਨੰਦ ਵੀ ਹੋ ਗਈ ਬਰਾਤ ਜਿਵੇਂ ਸਭ ਆਨੰਦ ਹੁੰਦੇ ਬਿਲਕੁਲ ਉਵੇਂ ਹੀ ਹੋਇਆ ਸਾਧ ਸੰਗਤ ਜਦੋਂ ਵਾਪਸ ਗੱਡੀ ਜਾਂਦੀ ਹੈ ਘਰ ਨੂੰ ਜਾਂਦੇ ਆ ਪਰਿਵਾਰ ਬਸ ਗੱਡੀ 'ਚ ਬੈਠੇ ਤਾਂ ਸਾਰਾ ਸੀਨ ਖਤਮ ਹੋ ਗਿਆ ਉਸ ਦਿਨ ਸਾਧ ਸੰਗਤ ਅਸੀਂ ਲੁਧਿਆਣੇ ਜਾਣਾ ਸੀਗਾ ਗੱਡੀ ਮੈਂ ਚਲਾਉਂਦਾ ਸੀ ਦੋ ਸਿੰਘ ਸੀ ਮਹਾਰਾਜ ਜੀ ਸਾਧ ਸੰਗਤ ਅਸੀਂ ਖੰਡ ਪਾਠ ਦੇ ਭੋਗ 'ਤੇ ਜਾਣਾ ਸੀ ਗੁਰਦੁਆਰੇ ਗੱਡੀ ਮੈਂ ਤੋਰੀ ਨਹਿਰ ਦੇ ਉੱਤੇ ਜਦੋਂ ਪਾਰ ਕੀਤੀ ਸੰਤ ਮਹਾਰਾਜ ਨੇ ਆਪੇ ਹੀ ਮੈਂ ਨਹੀਂ ਕੋਈ ਗੱਲ ਕੀਤੀ ਉਦਣ ਦੀ ਗੱਲ ਮਹਾਰਾਜ ਮੈਨੂੰ ਕਹਿਣ ਲੱਗੇ ਕਿਉਂ ਬਈ ਦੇਖ ਤੂੰ ਕਾਰਾਂ 'ਚ ਝਾਂਟੀਆਂ ਲੈਂਦਾ ਫਿਰਦਾ ਕਿੰਨੀ ਮੌਜ ਹੈ ਮੈਂ ਕਿਹਾ ਹਾਂ ਮਹਾਰਾਜ ਜੀ ਇਹ ਆਪ ਦੀ ਕਿਰਪਾ ਸਾਡੇ ਕਰਮਾਂ 'ਚ ਕਿੱਥੇ ਕਾਰਾਂ ਸੀ ਨਸੀਬ ਸੀਗੀਆਂ ਆਪ ਜੀ ਦੇ ਚਰਨਾਂ ਦੇ ਵਿੱਚ ਸੇਵਾ ਕਿੱਥੋਂ ਨਸੀਬ ਆਪ ਦੀ ਕਿਰਪਾ ਚਾਹ ਸਿੰਘ ਕਹਿਣ ਲੱਗੇ ਇਹ ਗੱਲ ਕਰਕੇ ਕਹਿੰਦੇ ਜੇ ਤੂੰ ਇੰਗਲੈਂਡ ਹੁੰਦਾ ਕਹਿੰਦੇ ਟੈਂ ਟੈਂ ਹੁੰਦੀ ਹੁੰਦੀ ਮਤਲਬ ਕਿ ਇੰਗਲੈਂਡ ਜੇ ਮੈਂ ਉਦੋਂ ਹੁੰਦਾ ਤਾਂ ਟੈਂ ਟੈਂ ਵਿਆਹ ਹੋਇਆ ਤਾਂ ਨਿਆਣੇ ਹੋਣੇ ਟੈਂ 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 ਰੋਜ਼ ਹੁੰਦੀ ਆ ਰੋਜ਼ ਘਰਾਂ ਦੇ ਵਿੱਚ ਦੇਖਦੇ ਹੀ ਹੋ ਇਹ ਆਪੇ ਹੀ ਮਹਾਰਾਜ ਨੇ ਬਚਨ ਕੀਤੇ ਹੁਣ ਉਦਣ ਇਹ ਸੁਪਨੇ 'ਚ ਸਾਰਾ ਕੁਛ ਦੇਖੇ ਵਿਆਹ ਹੋ ਗਿਆ ਸਾਰਾ ਕੁਛ ਇੰਨੀ ਗੱਲ ਕਹਿ ਕੇ ਫਿਰ ਮਹਾਰਾਜ ਚੁੱਪ ਕਰਕੇ ਵੀ ਨਾਲ ਦਿਆਂ ਨੂੰ ਨਾ ਕਿਤੇ ਪਤਾ ਲੱਗ ਜਾਵੇ ਮੈਂ ਉਦੋਂ ਸਮਝ ਗਿਆ ਵੀ ਦੇਖੋ ਮਹਾਰਾਜ ਨੇ ਅੱਜ ਹੀ ਇਹ ਸੁਪਨੇ ਵਿੱਚ ਸਾਰਾ ਕੁਛ ਵਿਆਹ ਸ਼ਾਦੀ ਸਾਰਾ ਕੁਛ ਕੀਤਾ ਮਹਾਰਾਜ ਚੁੱਪ ਕਰਕੇ ਜਦੋਂ ਖੰਡ ਪਾਠ ਦੇ ਭੋਗ ਤੋਂ ਵਾਪਸ ਆਏ
ਸੰਤ ਮਹਾਰਾਜ ਜੀ ਫਿਰ ਆ ਕੇ ਪ੍ਰਸ਼ਾਦਾ ਛਕਿਆ ਕਰਦੇ ਦੁਪਹਿਰ ਦਾ ਪ੍ਰਸ਼ਾਦਾ 12 ਵਜੇ ਮਹਾਰਾਜ ਦਾ ਹਰ ਇੱਕ ਟਾਈਮ ਸੰਤ ਮਹਾਰਾਜ ਦਾ ਪੱਕਾ ਹੁੰਦਾ ਸੀ ਸਵੇਰ ਦਾ ਪ੍ਰਸ਼ਾਦਾ ਆਪਣੇ ਜਦੋਂ ਕਥਾ ਕੀ ਸਵੇਰੇ ਭੋਗ ਪੈਂਦਾ ਗੁਰਦੁਆਰੇ ਆਸਾ ਜੀ ਦੀ ਵਾਰ ਤੋਂ ਬਾਅਦ ਫਿਰ ਘੰਟੀ ਲੱਗਿਆ ਕਰਦੀ ਉਸ ਤੋਂ ਬਾਅਦ ਆ ਕੇ ਪ੍ਰਸ਼ਾਦਾ ਛਕਿਆ ਕਰਦੀ ਸ਼ਾਮ ਦਾ 6 ਵਜੇ ਪ੍ਰਸ਼ਾਦਾ ਛਕ ਕੇ ਰੋਜ਼ ਕਥਾ ਕੀਰਤਨ 'ਚ ਸੰਤ ਮਹਾਰਾਜ ਦਾ ਪੱਕਾ ਟਾਈਮ ਸੀ ਜਾਂ ਕਿੱਡੀ ਦੂਰ ਵੀ ਘੁੰਮ ਕੇ ਆਇਆ ਕਰਦੇ ਇਹ ਹੈ ਜੀਵਨ ਸਾਦਾ ਜੀਵਨ ਜਿਨ੍ਹਾਂ ਦਾ ਗੁਰੂ ਦੀ ਬਾਣੀ ਨਾਲ ਗੁਰੂ ਦੇ ਸੰਗਤਾਂ ਦੇ ਨਾਲ ਗੁਰੂ ਦੀ ਸੇਵਾ ਨਾਲ ਪਿਆਰ ਹੈ ਸਾਧ ਸੰਗਤ ਉਸ ਨੇ ਸੰਤ ਹੀ ਬਣਨਾ ਉਹਨੇ ਰੱਬ ਦਾ ਰੂਪ ਹੀ ਬਣਨਾ ਕਿਉਂ ਉਹਦੇ ਵਿੱਚ ਤਾਂ ਹੀ ਮਿਲਿਆ ਜਾਊ ਜੇ ਉਹ ਉਸ ਦਾ ਰੂਪ ਬਣੂ ਜੇ ਉਹਦਾ ਰੂਪ ਹੀ ਨਹੀਂ ਬਣਿਆ ਤਾਂ ਕਿਵੇਂ ਮਿਲ ਜੂ ਪਾਣੀ ਨੇ ਪਾਣੀ ਵਿੱਚ ਮਿਲਾ ਦਿਆਂਗੇ ਤਾਂ ਉਹਦਾ ਪਾਣੀ ਦਾ ਰੂਪ ਬਣ ਜਾਣ ਅਤੇ ਸਾਰਾ ਜੀਵ ਜਿੰਨੇ ਵੀ ਆਪਾਂ ਪਰਮੇਸ਼ੁਰ ਦਾ ਰੂਪ ਹੀ ਹਾਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਵਿੱਚ ਸਿਰਫ ਆਪਦੀਆਂ ਸਾਡੀਆਂ ਆਦਤਾਂ ਜਿਹੜੀਆਂ ਪੱਕ ਗਈਆਂ ਜਿਹੜੇ ਸੰਸਾਰ ਦੇ ਪਦਾਰਥਾਂ ਦੇ ਨਾਲ ਸਾਡਾ ਖਿੱਚ ਹੋ ਗਈ ਪਕੜ ਹੋ ਗਈ ਇਸ ਕਰਕੇ ਸਾਡਾ ਮਨ ਨਹੀਂ ਲੱਗਦਾ ਨਹੀਂ ਮਨ ਕਦੇ ਭੱਜਦਾ ਨਹੀਂ ਮਨ ਭੱਜਣ ਵਾਲੀ ਚੀਜ਼ ਨਹੀਂ ਅਸੀਂ ਮਨ ਨੂੰ ਭਜਾਉਂਦੇ ਹਾਂ ਜਿੱਧਰ ਨੂੰ ਭਜਾਉਂਦੇ ਅਸੀਂ ਮਨ ਨੂੰ ਦੁਖੀ ਕਰਦੇ ਹੋਰ ਨਹੀਂ ਕੋਈ ਦੁਖੀ ਕਰਦਾ ਸਾਧ ਸੰਗਤ ਆਏ ਜਦੋਂ ਪ੍ਰਸ਼ਾਦਾ ਛੱਕ ਕੇ ਉਲਾਂਗਰੀ ਪ੍ਰਸ਼ਾਦਾ ਲਿਆਉਂਦਾ ਪ੍ਰਸ਼ਾਦਾ ਛਕਾ ਦਿੱਤਾ ਜਦੋਂ ਚੱਲਿਆ ਗਿਆ ਸਾਧ ਸੰਗਤ ਇਹ ਮਹਾਰਾਜਿਆਂ ਦੇ ਆਪ ਦੇ ਵਚਨ ਦੇਖੋ ਮੈਨੂੰ ਕਹਿਣ ਲੱਗੇ ਇਕੱਲਾ ਹੀ ਸੀ ਮੈਂ ਉਸ ਤੋਂ ਬਾਅਦ ਆਰਾਮ ਕਰਿਆ ਕਰਦੇ ਦਾਸ ਵੀ ਉੱਥੇ ਕੋਲ ਪੈ ਜਾਂਦੇ ਮੈਨੂੰ ਕਹਿਣ ਲੱਗੇ ਭਾਈ ਗੱਲ ਸੁਣ ਤੇਰਾ ਸੁਪਨੇ ਵਿੱਚ ਕੱਟ ਦਿੱਤਾ ਸੀ ਖੁਸ਼ ਹੋ ਕੇ ਇਹ ਬੱਚੇ ਨੇ ਮਹਾਰਾਜ ਤੇਰਾ ਸੁਪਨੇ 'ਚ ਕੱਟ ਦਿੱਤਾ ਕਹਿੰਦੇ ਹੁਣ ਤੈਂ ਇੱਧਰ ਕੰਮ 'ਚ ਨਹੀਂ ਪੈਣਾ ਤੈਂ ਸਾਡੀ ਸੇਵਾ ਕਰਨੀ ਉਹਨਾਂ ਨੂੰ ਵੀ ਪਤਾ ਸੀ ਸਾਧ ਸੰਗਤ ਸੇਵਾ 'ਤੇ ਖੁਸ਼ ਵੀ ਹੋਏ ਉਹਨਾਂ ਦੀ ਸੇਵਾ ਵੀ ਕਰਦੇ ਰਹੇ ਕਿੰਨੀਆਂ ਕਸਵੱਟੀਆਂ ਲੱਗੀਆਂ ਸਾਧ ਸੰਗਤ ਸੇਵਾ ਕਰਨੀ ਔਖੀ ਨਹੀਂ ਸੇਵਾ ਕਰਨੀ ਬਹੁਤ ਔਖੀ ਹੈ ਮਨ ਮਾਰਨਾ ਪੈਂਦਾ ਮਨ ਮਾਰੇ ਤੇ ਸੇਵਾ ਹੁੰਦੀ ਆ ਪਰ ਹੁੰਦੀ ਕਦੋਂ ਆ ਮਹਾਰਾਜ ਕਹਿੰਦੇ ਹਨ ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ ਮਹਾਂਕਰੜੀ ਹੈ ਫਿਰ ਕੀ ਹੁੰਦਾ ਜਦੋਂ ਕਰ ਲੈਂਦਾ ਫਿਰ ਸੁੱਖ ਸਾਰ ਸੁੱਖਾਂ ਦਾ ਖਜ਼ਾਨਾ ਬਣ ਜਾਂਦੀ ਨਦਰ ਕਰੇ ਜਿਸ ਆਪਣੇ ਦਿਸ ਲਾਏ ਸਤਿਗੁਰ ਕੀ ਸੇਵਾ ਲੱਗਿਆ ਭਉ ਜਲ ਤਰੇ ਸੰਸਾਰ ਕਿਉਂ ਕਹਿੰਦੇ ਹਨ ਭੋਜਨ ਤਰ ਜਾਈਦਾ ਸਤਿਗੁਰ ਦੀ ਸੇਵਾ ਕਰਕੇ ਭੋਜਨ ਤਰ ਜਾਈਦਾ ਸਤਿਗੁਰ ਦੀ ਸੇਵਾ ਕਰਕੇ ਸਤਿਗੁਰ ਦੀ ਸੇਵਾ ਕਿਹੜੀ ਹੈ ਭਾਈ ਸਤਿਗੁਰ ਦੀ ਸੇਵਾ ਸੰਗਤ ਦੀ ਸੇਵਾ ਸਤਿਗੁਰ ਦੀ ਸੇਵਾ ਜਿਹੜਾ ਸੰਗਤ ਵਿੱਚ ਆ ਕੇ ਲੰਗਰਾਂ ਦੀ ਸੇਵਾ ਕਰਦਾ ਜੋੜਿਆਂ ਦੀ ਸੇਵਾ ਕਰਦਾ ਭਾਂਡਿਆਂ ਦੀ ਸੇਵਾ ਕਰਦਾ ਲੰਗਰ ਪਿਆਰ ਦੇ ਨਾਲ ਪ੍ਰੇਮ ਦੇ ਨਾਲ ਨਿਮਰਤਾ ਨਾਲ ਬਣਾਉਂਦੇ ਆ ਗਰਮੀਆਂ ਦੇ ਵਿੱਚ ਕਹਿੰਦੇ ਹਨ ਦੱਸਿਆ ਹੈ ਮਹਾਰਾਜ ਨੇ ਇੰਡੀਆ 'ਚ ਕਿੰਨੀ ਗਰਮੀ ਹੁੰਦੀ ਹੈ ਜੇ 6 ਮਹੀਨੇ ਸਾਧ ਸੰਗਤ ਆਪਣੇ ਕੋਈ ਤਪ ਕਰਦਾ ਹੈ ਗਰਮੀਆਂ 'ਚ ਧੂਣੀਆਂ ਦੇ ਵਿੱਚ ਮਹਾਂਪੁਰਸ਼ ਕੋਈ ਵੀ ਹੈ ਜਿਹੜੇ ਪਹਿਲੇ ਜਵਾਨਿਆਂ 'ਚ ਕਰਿਆ ਕਰਦੇ ਕਹਿੰਦੇ ਉਹ 6 ਸਾਲ ਧੂਣੀਆਂ ਲਾ ਲਾ ਕੇ ਬਹਿੰਦਾ ਆਪਣੀ ਦੇਹੀ ਨੂੰ ਕਸ਼ਟ ਦਿੰਦਾ ਦੇਹੀ ਨੂੰ ਸਰੀਰ ਨੂੰ ਸਕਿਨ ਨੂੰ ਸਾੜਦਾ ਦੁਨੀਆਂ ਨੂੰ ਦਿਖਾਉਂਦਾ ਗੱਬੇ ਚ ਰਸਤਿਆਂ ਦੇ ਵਿੱਚ ਬੈਠ ਬੈਠ ਕੇ ਫਿਰ ਕਰਦੇ ਆ ਤੇ ਦੁਨੀਆਂ ਦੇਖੇ ਮੈਨੂੰ ਕਹਿੰਦੇ ਜੇ ਉਹ 6 ਸਾਲ ਉਹ ਕਰਦਾ ਹੋਵੇ
ਕਹਿੰਦੇ ਉਹਦੇ ਨਾਲੋਂ ਫਲ 6 ਮਹੀਨੇ ਕਹਿੰਦੇ ਗੁਰੂ ਕੀ ਸੰਗਤ ਦੇ ਵਿੱਚ ਆ ਕੇ ਲੰਗਰਾਂ ਦੀ ਭਾਂਡਿਆਂ ਦੀ ਝਾੜੂ ਦੀ ਜੋੜਿਆਂ ਦੀ ਇਹ ਸੇਵਾ ਕਰਦਾ ਨਿਮਰਤਾ ਨਾਲ ਹੁੰਦੀ। ਕਹਿੰਦੇ ਜੇ 6 ਮਹੀਨੇ ਕਰ ਲਵੇ 6 ਸਾਲ ਕਰਨ ਦੇ ਨਾਲੋਂ ਵੀ ਬੇਅੰਤ ਫਲ ਜ਼ਿਆਦਾ ਹੋ ਜਾਂਦਾ। ਇਵੇਂ ਸਿਆਲ ਚ ਪਾਣੀ ਵਿੱਚ ਖੜ ਖੜ ਕੇ ਜਲ ਧਾਰੇ ਕਰਦੇ ਹਨ, ਕਿੰਨਾ ਕਸ਼ਟ ਦਿੰਦੇ ਹਨ। ਸਾਧ ਸੰਗਤ ਉੱਪਰ ਪਾਣੀ ਪਾਉਣ ਨਾਲ ਥੋੜੋ ਰੱਬ ਮਿਲ ਜਾਣਾ। ਰੱਬ ਤਾਂ ਪਰਉਪਕਾਰ ਕਰੇ ਤੇ ਮਿਲਣਾ, ਰੱਬ ਤਾਂ ਨਾਮ ਜਪਣੇ ਤੇ ਮਿਲਣਾ। ਜੇ ਪਾਣੀ ਪਾਏ ਤੇ ਹੀ ਸਾਧ ਸੰਗਤ ਜੇ ਰੱਬ ਮਿਲਦਾ ਹੋਵੇ, ਡੱਡੂ ਜਾਨਵਰ 84 ਲੱਖ ਜੂਨ 42 ਲੱਖ ਜੂਨ ਪਾਣੀ ਚ ਰਹਿੰਦੀ ਹੈ, ਉਹਨਾਂ ਨੂੰ ਨਾ ਮਿਲਿਆ। ਨਹੀਂ, ਗੁਰੂ ਮਹਾਰਾਜ ਨੇ ਸਾਡੇ ਸਿੱਖਾਂ ਵਾਸਤੇ ਇੰਨਾ ਸੌਖਾ ਪਾ ਦੱਸਿਆ, ਕਿਤੇ ਜਾਣ ਦੀ ਲੋੜ ਨਹੀਂ, ਨੌਕਰੀ ਚਾਕਰੀ ਛੱਡਣ ਦੀ ਲੋੜ ਨਹੀਂ। ਇਹ ਸਾਰੇ ਸੰਸਾਰ ਦੇ ਪਦਾਰਥ ਜਿੰਨੇ ਹਨ ਸਾਧ ਸੰਗਤ, ਇਹਨਾਂ ਦੇ ਜੋ ਸੁੱਖ ਹਨ ਮਹਾਰਾਜ ਨੇ ਉਹਨਾਂ ਨੂੰ ਵੀ ਛੱਡਣ ਦੀ ਨਹੀਂ, ਛੱਡਣ ਵਾਸਤੇ ਕਹਿੰਦੇ ਇਸ ਸੰਸਾਰ ਦੇ ਤੂੰ ਸੁੱਖ ਵੀ ਭੋਗ। ਤੇਰਾ ਮਨ ਇਹ ਨਾ ਹੋਵੇ ਵੀ ਮੈਂ ਉਹਦਾ ਕੋਈ ਸੁੱਖ ਨਹੀਂ ਦੇਖਿਆ, ਉਹ ਪਦਾਰਥ ਦਾ ਆਨੰਦ ਨਹੀਂ ਦੇਖਿਆ, ਮੈਂ ਚੀਜ਼ ਦੇਖੀ ਨਹੀਂ ਸੰਸਾਰ ਤੇ। ਮਹਾਰਾਜ ਨੇ ਦਿੱਤੀਆਂ ਕਿਹਦੇ ਵਾਸਤੇ ਨੇ? ਸਾਡੇ ਵਾਸਤੇ ਦਿੱਤੀਆਂ। ਹਰ ਇੱਕ ਚੀਜ਼ ਮਹਾਰਾਜ ਨੇ ਆਪਣੇ ਆਪ ਦਿੱਤੀ। ਪਰ ਕਹਿੰਦੇ ਤੂੰ ਮਨ ਇਕਾਗਰ ਕਰਕੇ ਨਾਮ ਜਪ, ਜਦੋਂ ਸੰਸਾਰ ਦੇ ਕੰਮ ਕਰਨੇ ਨੇ ਉਦੋਂ ਬਿਰਤੀ ਸੰਸਾਰ ਦੀ ਕੰਮ ਕਰਨ ਵਾਸਤੇ ਰੱਖਣੀ ਆ। ਕਹਿੰਦੇ ਹੱਥ ਪਾਉ ਕਰ ਕਾਮ ਚੀਤ ਨਿਰੰਜਨ ਨਾਲ, ਮਹਾਰਾਜ ਇਉਂ ਕਹਿੰਦੇ ਹਨ ਸਾਡੇ ਵਿੱਚ ਹੀ ਰਹਿਣ ਵਾਸਤੇ ਕਰਨ ਵਾਸਤੇ। ਚਿੱਤ ਹਰੀ ਦੇ ਨਾਮ ਨਾਲ ਲਾਈਏ, ਅਸੀਂ ਪੈਰੀ ਕੰਮ ਕਰੀਏ, ਹਰੀ ਦੇ ਨਾਮ ਨਾਲ ਲਾਈਏ, ਅਸੀਂ ਪੈਰੀ ਕੰਮ ਕਰੀਏ, ਪੈਰਾਂ ਨਾਲ ਕਹਿੰਦੇ ਕੰਮ ਕਰ ਚੇਤ ਨਿਰੰਜਨ। ਕਹਿੰਦੇ ਚਿੱਤ ਨਾਲ ਮਨ ਨਾਲ ਉਸ ਨਿਰੰਜਨ ਪਰਮੇਸ਼ਰ ਨੂੰ ਯਾਦ ਕਰ, ਸਿਮਰਨ ਕਰ। ਸਾਧ ਸੰਗਤ ਸਾਰਾ ਕੁਛ ਦੱਸਦੇ ਆ। ਜੇ ਹੁਣ ਅਸੀਂ ਸੰਸਾਰ ਦੇ ਮੋਹ ਮਮਤਾ ਦੇ ਨਾਲੇ ਮਨ ਲਾਉਣਾ ਹੈ, ਉੱਧਰ ਆਪਣੇ ਪੱਕੇ ਹੀ ਉੱਧਰ ਹੋ ਗਿਆ ਮਨ, ਪਰਮੇਸ਼ਰ ਮਾਇਆ ਸੰਸਾਰ ਦੇ ਪਦਾਰਥਾਂ ਦਾ ਰੂਪ ਬਣ ਗਿਆ ਸਾਧ ਸੰਗਤ, ਫਿਰ ਪਰਮੇਸ਼ਰ ਦੇ ਨਾਮ 'ਚ ਕਿਵੇਂ ਲੱਗੂ? ਇੱਧਰਲਾ ਰੂਪ ਬਣਾ ਲਓ ਪਰਮੇਸ਼ਰ ਦੇ ਨਾਮ ਦਾ, ਕੰਮ ਤਾਂ ਤੁਹਾਡੇ ਸਾਰੇ ਉਹੀ ਹੋਈ ਜਾਣੇ। ਕਿਉਂ ਸਾਧ ਸੰਗਤ 84 ਦੇ ਵਿੱਚ ਸੰਤ ਮਹਾਰਾਜ ਰੋਜ਼ ਦੁਪਹਿਰ ਦਾ ਪ੍ਰਸ਼ਾਦਾ ਛਾ ਕੇ ਆਰਾਮ ਕਰਿਆ ਕਰਦੇ ਘੰਟਾ ਡੇਢ ਘੰਟਾ, ਕਿ ਉਹਨਾਂ ਨੇ ਅੰਮ੍ਰਿਤ ਵੇਲੇ ਉੱਠਣਾ। ਜਦੋਂ 2:30 ਵਜੇ ਉੱਠ ਕੇ ਬਾਹਰ ਆ ਕੇ ਫਿਰ ਬਰਾਂਡੇ 'ਚ ਬੈਠਿਆ ਕਰਦੇ, ਉੱਥੇ ਪਨਘਰ ਹੁੰਦਾ ਸੀ ਮਹਾਰਾਜ। ਦੇਖੋ ਪਰਮੇਸ਼ੁਰ ਦੇ ਨਾਮ ਜਪਣ ਵਾਲਿਆਂ ਦੀ ਬਿਰਤੀ। ਆਪਾਂ ਕਹਿੰਦੇ ਨੇ ਬ੍ਰਹਮ ਗਿਆਨੀ ਹੈ, ਤਰਲੋਕੀ ਹੈ, ਜਾਣਦੇ
ਪਰ ਇਹ ਨਹੀਂ ਵੀ ਹਰੇਕ ਦੇ ਵਾਸਤੇ ਉਹ ਤਾਂ ਰੋਕੀ ਬਣ ਜਾਵੇ, ਹਰੇਕ ਚਾਹੁੰਦੇ ਆ ਬਾਬਾ ਜੀ ਸਾ ਦੱਸੋ ਸਾਡੇ ਗਾਹਾਂ ਕੀ ਜੀਵਨ ਹੈ, ਕਿ ਤੁਹਾਨੂੰ ਨਹੀਂ ਪਤਾ ਸੀ ਕੀ ਕਰਨਾ। ਤਾਂ ਮਹਾਂਪੁਰਸ਼ ਉਹ ਵਾ ਪੰਡਿਤ ਜੋ ਉਸ ਦੀ ਬਣੇ ਰਹਿਣ, ਸਾਧ ਸੰਗਤ ਦੀ ਇਹ ਗੱਲਾਂ ਨਹੀਂ ਹੁੰਦੀ। ਉਹਨਾਂ ਨੇ ਰੱਬ ਨਾਲ ਜੋੜਨਾ, ਸਭ ਤੋਂ ਬੜਾ ਪੁੰਨ ਸੰਸਾਰ ਦੇ ਉੱਤੇ ਰੱਬ ਨਾਲ ਜੋੜਨਾ, ਸਭ ਤੋਂ ਬੜਾ ਪਾਪ ਤੋੜਨਾ। ਉਹ ਜੋੜਦੇ ਨੇ, ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਨ ਮਿਲਾਏ। ਜੀ ਇਹ ਭਗਤੀ ਦਾ ਪਰਮੇਸ਼ੁਰ ਦਾ ਨਾਮ ਬਖਸ਼ ਕੇ ਪਰਮੇਸ਼ੁਰ ਨਾਲ ਮਿਲਾ ਦਿੰਦੇ, ਇਹ ਤੋਂ ਬੜੀ ਕੋਈ ਵਸਤੂ ਹੈ? ਸੰਸਾਰ ਦੀਆਂ ਵਸਤੂਆਂ ਇਹਨਾਂ ਦੇ ਵਿੱਚ ਕੀ ਹੈ? ਸਾਧ ਸੰਗਤ ਜਦੋਂ ਬਾਹਰ ਆਇਆ ਜੇ ਬੈਠੇ ਨੀਗੇ, ਮੈਨੂੰ ਕਹਿਣ ਲੱਗੇ ਗੱਲ ਸੁਣ ਮੁੰਡਿਆ। ਮੈਂ ਜੀ ਮਹਾਰਾਜ ਮਹਾਰਾਜ ਖੜੇ ਸੀ, ਅਜੇ ਬੈਠੇ ਨਹੀਂ ਸੀ। ਜਿਹੜਾ ਹਾਲ ਬਣਿਆ ਹੋਇਆ ਗੱਬੇ ਰਾਣਾ ਸਾਹਿਬ ਦੇ, ਉੱਧਰ ਨੂੰ ਇਸ ਤਰ੍ਹਾਂ ਉਂਗਲੀ ਕਰਕੇ ਕਹਿੰਦੇ ਗੱਲ ਸੁਣ, ਉਹ ਇੱਟਾਂ ਵੱਲ ਤੈਂ ਨਹੀਂ ਝਾਕਣਾ, ਐਂ ਬਚਨ ਨੇ ਉਹਨਾਂ ਦੇ, ਤੈਂ ਇੱਟਾਂ ਵੱਲ ਦੇਖਣਾ ਨਹੀਂ, ਇੱਥੇ ਦਾ ਤਾਂ ਫੁਰਨਾ ਨਹੀਂ ਕਰਨਾ। 84 ਦੀ ਗੱਲ ਹੈ। ਸਾਧ ਸੰਗਤ ਮਹਾਂਪੁਰਸ਼ਾਂ ਨੇ ਸਿੱਧਾ ਕਿਹਾ, ਕਹਿਣ ਲੱਗੇ ਇੱਥੇ ਦਾ ਤੈਂ ਫੁਰਨਾ ਨਹੀਂ ਕਰਨਾ, ਤੈਂ ਬਾਹਰ ਇੰਗਲੈਂਡ ਹੀ ਜਾਣਾ, ਉੱਥੇ ਤੇਰੇ ਵਾਸਤੇ ਬਣਾਇਆ। ਫਿਰ ਆਹ ਦੇਖ, ਕਦੇ ਸੋਚਿਆ ਸੋਚਿਆ ਕਦੇ ਇੱਥੇ ਸਾਧ ਸੰਗਤ? ਕਹਿੰਦੇ ਜਦੋਂ ਬੱਚਾ ਯੂਨੀਵਰਸਿਟੀ ਪੜ੍ਹ ਜਾਂਦਾ, ਕਿ ਉਸ ਨੂੰ ਯੂਨੀਵਰਸਿਟੀ ਵਿੱਚ ਪੜ੍ਹਨ ਦੀ ਲੋੜ ਹੈ, ਬੈਠਣ ਦੀ ਲੋੜ ਹੈ, ਕਿ ਉੱਥੋਂ ਸਾਰੇ ਬੱਚੇ ਪੜ੍ਹ ਪੜ੍ਹ ਨਿਕਲਦੇ ਨੇ। ਉਹਨਾਂ ਨੂੰ ਪਤਾ ਸੀ ਕਿ ਜੇ ਉੱਥੇ ਅਸੀਂ ਬਣਾ ਦਿਆਂਗੇ, ਉੱਥੇ ਕਿੰਨੀ ਸੰਗਤ ਨੂੰ ਜੁੜੂਗੀ। ਅੱਜ ਕਿਵੇਂ ਜੁੜੇ ਬੈਠੇ ਗੁਰੂ ਦੇ ਨਾਲ? ਇਹ ਪਿਆਰ ਦੀਆਂ ਖੇਡਾਂ ਨੇ। ਪਿਆਰ ਨਾਲੇ ਬੰਦਾ ਜੁੜਦਾ, ਪਿਆਰ ਨਾਲੇ ਮਨ ਦੀ ਇਕਾਗਰਤਾ ਹੁੰਦੀ। ਸਾਧ ਸੰਗਤ, ਮੈਂ ਤਾਂ ਕਦੇ ਬੋਲਿਆ ਹੀ ਨਹੀਂ ਸੀ, ਮੈਂ ਤਾਂ ਬੜਾ ਪੜ੍ਹਿਆ ਵੀ ਨਹੀਂ, ਮੇਰੀ ਤਾਂ ਜ਼ਿਆਦਾਤਰ ਮੈਂਬਰੀ ਵੀ ਨਹੀਂ। ਆਹ ਹੁਣ 94 'ਚ ਬੜੇ ਮਹਾਰਾਜਾ ਇੱਥੇ ਜਦੋਂ ਮੈਂ ਆਇਆ ਰਾਣਾ ਸਾਹਿਬ, ਮੈਂ ਕਦੇ ਕੀਰਤਨ ਨਹੀਂ ਸੀ ਕੀਤਾ। ਇੱਕ ਵਾਰ ਬਚਨ ਕੀਤੇ ਸੀ ਸੰਤ ਮਹਾਰਾਜ ਨੂੰ, ਮਹਾਰਾਜ ਜੀ ਪਏ ਸਨ, ਮੈਂ ਮੁੱਠੀ ਚਾਪੀ ਕਰ ਰਿਹਾ ਸੀ, ਸੋਚਿਆ ਵੀ ਚਲੋ ਕੀਰਤਨ ਸਿੱਖੀਏ। ਪਰਨ ਕਰਾਇਆ ਸੀ ਮੇਰੇ ਤੋਂ, ਉਹ ਤੋਂ ਬਾਅਦ ਦੀ ਗੱਲ ਹੈ, 83 ਤੋਂ ਬਾਅਦ ਦੀ ਗੱਲ ਹੈ। ਮੈਂ ਕਿਹਾ ਮੱਠੀ ਚੁੱਪੀ ਕਰਦੇ ਕਰਦੇ ਸੇਵਾ, ਮੈਂ ਕਿਹਾ ਮਹਾਰਾਜ ਇੱਕ ਮੇਰੀ ਬੇਨਤੀ ਆ। ਕਹਿੰਦੇ ਦੱਸ ਬਈ। ਮੈਂ ਮਹਾਰਾਜ ਆਪਦਾ ਹੁਕਮ ਹੋ ਜਾਵੇ, ਕੀਰਤਨ ਸਿੱਖ ਲਵਾਂ ਮੈਂ। ਸਾਧ ਸੰਗਤ ਜਦੋਂ ਮੈਂ ਇਹ ਕਿਹਾ, ਮਹਾਰਾਜ 2-3 ਮਿੰਟ ਨੇਤਰ ਬੰਦ ਕੀਤੇ ਸੀ, ਪਏ ਸੀ ਪਲਕ 'ਤੇ। ਕਹਿਣ ਲੱਗੇ ਤੂੰ ਤਾਂ ਰਹਿ ਨਹੀਂ ਦੇ, ਬਚਨ ਉਹਨਾਂ ਦੇ ਕਹਿੰਦੇ ਤੂੰ ਤਾਂ ਰਹਿ ਨਹੀਂ ਦੇ। ਕਹਿੰਦੇ ਕੀਰਤਨ ਵਾਲਾ ਤਾਂ ਈਰਖਾ ਹੀ ਬਹੁਤ ਆ, ਕਦੇ ਇੱਕ ਦੂਜੇ ਦੇ ਉਂਗਲੀ ਲਾਲੀ ਜਾਂਦੇ, ਲੜਦੇ ਕਿ ਨਹੀਂ ਲੜਦੇ? ਤੂੰ ਮੈਨੂੰ ਹੁਣ ਟਾਈਮ ਦਿਓ, ਮੈਨੂੰ ਸੰਗਤ ਇਕੱਠੀ ਹੋਈ ਆ, ਹੁਣ ਟਾਈਮ ਦਿਓ। ਚਾਹੇ ਉਹਨੂੰ ਕੁਛ ਨਹੀਂ ਆਉਂਦਾ, ਉਦੋਂ ਟਾਈਮ ਲੈਣਾ ਸਾਰਿਆਂ ਨੇ। ਕਹਿਣ ਲੱਗੇ ਤੇਰੀ ਤਾਂ ਸੇਵਾ ਹੀ ਬਹੁਤ ਹੈ। ਇਹ ਬੱਚੇ ਨੂੰ ਸਾਧ ਸੰਗਤ ਜਦੋਂ ਮਹਾਰਾਣਾ ਕੀਤਾ, ਮੈਂ ਮੁੜ ਕੇ ਨਾ ਬਾਜੇ ਨੂੰ ਹੱਥ ਲਾਇਆ, ਸਭ ਤੋਂ ਬੜਾ ਬਚਨ ਮੰਨਣਾ ਸਾਧੂਆਂ ਦਾ। ਮਹਾਰਾਜ ਜੀ ਉਸ ਬਚਨਾਂ ਬਾਰੇ ਇਉਂ ਕਹਿੰਦੇ ਸਨ, ਜੇ ਕੋ ਬਚਨ ਕਮਾਵੇ ਸੰਤਾਂ ਦਾ ਪਾਲ ਪਾਵੇਗਾ, ਬਚਨ ਕਮਾਵੇ ਸੰਤਾਂ ਦਾ ਪਾਲ ਪਾਵੇਗਾ।
ਸਾਧ ਸੰਗਤ ਮਹਾਰਾਜ ਜੀ ਪੰਜੇ ਪਾਤਸ਼ਾਹ ਨੂੰ ਸੰਤਾਂ ਨੇ ਗੁਰਸਿੱਖਾਂ ਨੇ ਬਚਨ ਕੀਤਾ ਸੱਚੇ ਪਾਤਸ਼ਾਹ ਇਸ ਭੌਜਲ ਸੰਸਾਰ ਨੂੰ ਤਰਨ ਵਾਸਤੇ ਕੋਈ ਸੌਖਾ ਉਪਾਅ ਦੱਸੋ ਜਿਸ ਉਪਾਅ ਦੇ ਕਾਰਨ ਕਰਕੇ ਅਸੀਂ ਸਹਿਜ ਹੀ ਇਸ ਸੰਸਾਰ ਸਮੁੰਦਰ ਨੂੰ ਤਰ ਸਕੀਏ। ਉੱਥੇ ਫਿਰ ਮਹਾਰਾਜ ਨੇ ਇਹ ਸੰਤਾਂ ਦੀ ਬੇਨਤੀ ਸੁਣ ਕੇ ਫਿਰ ਇਹ ਸ਼ਬਦ ਉਚਾਰਨ ਕੀਤਾ, ਸੰਤੋ ਸਾਗਰ ਪਾਰੋ ਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ। ਸਾਧ ਸੰਗਤ ਮਹਾਰਾਜ ਨੇ ਕਿਹਾ ਸੰਤੋ, ਸੰਤਾਂ ਨੇ ਸਵਾਲ ਕੀਤਾ, ਸੰਤਾਂ ਨੇ ਸੰਬੋਧਨ ਕਰਕੇ ਕਹਿੰਦੇ ਹਨ ਸੰਤੋ ਸਾਗਰ ਪਾਰੋ ਤਰੀਏ, ਜਿਹਨੇ ਇਸ ਨੂੰ ਤਰਨਾ ਸੰਸਾਰ ਸਮੁੰਦਰ ਨੂੰ, ਜੇ ਕੋ ਬਚਨ ਕਮਾਵੇ ਸੰਤਨ ਕਾ, ਇੱਥੇ ਵੀ ਦੇ ਲਓ ਸੰਤਨ ਦਾ ਕੇ, ਸੰਤਾਂ ਦਾ ਬਚਨ ਮੰਨੂਗਾ ਕਹਿੰਦੇ ਉਹ ਇਸ ਭੌਜਲ ਸੰਸਾਰ ਤੋਂ ਪਾਰ ਹੋ ਜਾਊ। ਜਿੰਨੇ ਅੱਜ ਤੱਕ ਹੋਏ ਸੰਤਾਂ ਦਾ ਬਚਨ ਮੰਨ ਕੇ ਹੀ ਉਹ ਪਾਰ ਹੋਏ ਜਿਹੜੇ ਰੱਬ ਨਾਲ ਜੁੜੇ ਹੋਏ ਹਨ। ਸਾਧ ਸੰਗਤ ਜਿਹਨਾਂ ਨੇ ਨਿੰਦਿਆ ਕਰਨੀ ਆ ਨਾ, ਉਹਨਾਂ ਦਾ ਆਪਣਾ ਹੀ ਜਨਮ ਮਰਨ ਨਹੀਂ ਮੁੱਕਣਾ, ਪਤਾ ਨਹੀਂ ਕਿਹੜੀਆਂ ਜੂਨਾਂ 'ਚ ਜਾਣਾ, ਪਤਾ ਨਹੀਂ ਕਿਹੜੀਆਂ ਜੂਨਾਂ 'ਚ ਜਾਣਾ ਉਹ ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਹਨ। ਮਹਾਰਾਜ ਕਹਿੰਦੇ ਆ ਸੰਤ ਸ਼ਰਨ ਜੋ ਜਨ ਪਰ ਸੋ ਜਨ ਉਧਰਨਹਾਰ, ਪਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸੰਤਾਂ ਦੀ ਨਿੰਦਿਆ ਕਰਨ ਵਾਲੇ ਉਹਨਾਂ ਦਾ ਹੰਕਾਰ ਮੱਧ ਹੁੰਦਾ ਮਨ ਵਿੱਚ ਸਾਧ ਸੰਗਤ, ਉਹਨਾਂ ਨੂੰ ਉਹ ਸਮੇਂ ਦਾ ਪਤਾ ਨਹੀਂ ਜਿਹੜਾ ਸਮਾਂ ਆਉਣਾ ਅੱਗੇ ਵਾਸਤੇ ਤੈਨੂੰ ਕੀ ਫਲ ਪ੍ਰਾਪਤ ਹੋਣਾ। ਜਦੋਂ ਤੁਹਾਨੂੰ ਫਲ ਦਾ ਪਤਾ ਲੱਗ ਜਾਣਾ ਵੀ ਮੈਨੂੰ ਇਹ ਦੁੱਖ ਮਿਲਣਾ, ਫਿਰ ਹੀ ਸਾਧ ਸੰਗਤ ਉਹ ਇਨਸਾਨ ਇਸ ਜ਼ਿੰਦਗੀ ਦੇ ਵਿੱਚ ਕੁਛ ਬਣ ਕੇ ਦਿਖਾਉਂਦਾ, ਇਹ ਕਰਮ ਚੇਂਜ ਕਰਨ ਦੀ ਗੱਲ ਕਰਦਾ। ਫਿਰ ਤਾਂ ਤੇ ਸਾਧ ਸੰਗਤ ਉਹਨਾਂ ਮਹਾਂਪੁਰਸ਼ਾਂ ਦੀ ਅਸੀਂ ਯਾਦ 'ਚ ਜੁੜੇ ਜਿਨ੍ਹਾਂ ਨੇ ਇੰਨਾ ਸਾਦਾ ਜੀਵਨ ਸੀ, ਫਿਰ ਭਾਣੇ 'ਚ ਕਿਵੇਂ ਰਹਿੰਦੇ ਸਨ। ਸਾਧ ਸੰਗਤ ਲੰਗਰ ਵਾਲੇ ਬਾਬਾ ਜੀ ਬਲਵੰਤ ਸਿੰਘ ਬੜੀ ਸੇਵਾ ਕਰਿਆ ਕਰਦੇ, ਐਸਾ ਜੀਵਨ ਸੀ ਉਹਨਾਂ ਦਾ, ਬਣਨਾ ਬੜਾ ਮੁਸ਼ਕਿਲ। ਸਾਰੀ ਜ਼ਿੰਦਗੀ ਸਾਧ ਸੰਗਤ ਉਹਨਾਂ ਨੇ ਲੰਬੇ ਪੈ ਕੇ ਨਹੀਂ ਸੀ ਦੇਖੇ। ਆਪਾਂ ਪਲਗਾ 'ਤੇ ਸੌਂਦੇ ਹਾਂ, 104 ਸਾਲ ਦਾ ਉਹਨਾਂ ਦੀ ਉਮਰ ਹੋਈ, ਦੇਖਦੇ ਰਹੇ, ਕਦੇ ਵੀ ਲੰਬੇ ਨਹੀਂ ਸੀ ਪੈਂਦੇ। ਦੋ ਤਿੰਨ ਥੱਲੇ ਬੋਰੀਆਂ ਵਿਛਾਈਆਂ ਹੁੰਦੀਆਂ, ਉਹ ਕੰਧ ਨਾਲ ਟੂ ਲਾ ਕੇ ਉੱਥੇ ਐਂ ਸੌਂ ਲੈਣਾ, ਜਿਹਨੇ ਆਉਣਾ ਬਾਬਾ ਜੀ ਪ੍ਰਸ਼ਾਦਾ ਛਕਣਾ, ਬਹਿ ਜਾ ਭਾਈ ਲਿਆਉਣਾ, ਉੱਠਣਾ ਕਦੋਂ ਮਰਜ਼ੀ ਜਗਾ ਲਓ ਕਦੋਂ ਮਰਜ਼ੀ। ਕਦੇ ਸਾਧ ਸੰਗਤ ਘਬਰਾਏ ਨਹੀਂ ਸੀ, ਕਿੰਨੀ ਸ਼ਾਂਤੀ ਸੀ, ਸਾਰਾ ਸਰੀਰ ਇੱਕ ਰਾਤ ਨਾਲ ਆਪਾਂ ਸੌਈਏ ਤਾਂ ਸਰੀਰ ਦੀ ਕੀ ਹਾਲਤ ਹੋ ਜਾਂਦੀ ਹੈ, ਪਰ ਜਿਹੋ ਜਿਹਾ ਅਨਸਾਨ ਕਰੋ ਉਹੋ ਜਿਹਾ ਸਰੀਰ ਬਣ ਜਾਂਦਾ। ਸਾਧ ਸੰਗਤ ਬਾਬਾ ਜੀ ਆਏ ਪਿੰਡਾਂ ਦੇ ਵਿੱਚ, ਇੱਧਰ ਵੀ ਕਈ ਵਾਰ ਮੱਝਾਂ ਦੀ ਗਲ ਘੋਟੋ ਦੀ ਬਿਮਾਰੀ ਪੈ ਗਈ, ਬਹੁਤ ਮੱਝਾਂ ਪਿੰਡਾਂ ਵਿੱਚ ਵੀ ਮਰੀਆਂ, ਰਾੜਾ ਸਾਹਿਬ ਵੀ 130-140 ਮੱਝਾਂ ਸੀ। ਸਾਧ ਸੰਗਤ ਬਾਬਾ ਜੀ ਮੇਰੇ ਸਾਹਮਣੇ ਦੀ ਗੱਲ ਹੈ, ਮੈਂ ਉਹ ਗੱਲ ਕਰਦਾ ਜਿਹੜੀ ਮੈਂ ਦੇਖੀ ਹੋਵੇ। ਆਇਆ ਮਹਾਰਾਜ ਜੀ ਕਹਿੰਦੇ ਬਾਬਾ ਕਿਵੇਂ ਖੜਾ? ਮਹਾਰਾਜ ਇੱਕ ਬੇਨਤੀ ਕਰਨ ਆਇਆ। ਕੀ ਬੇਨਤੀ ਕਰਨੀ ਆ? ਤੈਂ ਮਹਾਰਾਜ ਆਪਣੀਆਂ 12-13 ਮੱਝਾਂ ਮਰਗੀਆਂ, 12-13 ਮੱਝਾਂ ਮਰਗੀਆਂ। ਕਹਿਣ ਲੱਗਾ ਮਹਾਰਾਜ ਜੀ ਆਪ ਜੀ ਦੀ ਆਗਿਆ ਲੈਣ ਵਾਲਾ ਵੀ ਖੰਡ ਪਾਠ ਕਰਕੇ ਅਰਦਾਸ ਕਰੀਏ, ਖੰਡ ਪਾਠ ਆਰੰਭ ਕਰਾ ਦਈਏ। ਮਹਾਰਾਜ ਕਹਿੰਦੇ ਅੱਛਾ ਬਈ, ਤੇਰਾ ਮਤਲਬ ਵੀ ਨਾ ਮਰਨ? ਇਹੀ ਹੈ ਨਾ, ਆਪਾਂ ਵੀ ਹੁਣ ਆਮ ਸੰਸਾਰੀ ਐਵੇਂ ਕਰਦੇ। ਹਾਂ ਮਹਾਰਾਜ ਜੀ। ਕਹਿਣ ਲੱਗੇ ਬਾਬਾ ਅਸੀਂ ਇਹ ਕੰਮ ਨਹੀਂ ਕਰਨਾ ਹੈਗਾ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਾਣੀ ਨੂੰ ਨਹੀਂ ਰੋਕ ਸਕਦੇ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਕੀ ਇਹਦਾ ਮਤਲਬ? ਜੇ ਰਾੜਾ ਸਾਹਿਬ ਮੱਝਾਂ ਮਰਦੀਆਂ ਨੇ ਉੱਥੇ ਨਹੀਂ ਮਰਨੀ ਚਾਹੀਦੀ, ਬਾਹਰ ਜਾ ਕੇ ਮਰਨੀ ਚਾਹੀਦੀ। ਜਿਹਦੀ ਆ ਗਈ ਬਾਬਾ ਉਹਨਾਂ ਨੇ ਜਾਣਾ ਹੀ ਆ, ਜੇ ਉਹ ਵਾਹਿਗੁਰੂ ਨੂੰ ਪਾਉਂਦੀ ਆ, ਜੇ ਸਾਰੀਆਂ ਵੀ ਮਰ ਜਾਣ ਅਸੀਂ ਇਹ ਖੰਡ ਪਾਠ ਨਹੀਂ ਕਰਾਉਣਾ, ਅਸੀਂ ਅਰਦਾਸ ਨਹੀਂ ਕਰਨੀ, ਤਾਂ ਸਾਨੂੰ ਕਿਉਂ ਕੋਈ ਕਹੋ? ਤਾਂ ਦੇ ਸਾਹਮਣੇ ਦੀਆਂ ਗੱਲਾਂ ਨੇ, ਇਹ ਭਾਣਾ ਮੰਨਣਾ ਬੜਾ ਔਖਾ ਹੈ। ਹਾਂ ਜਿਹਨੇ ਇਹ ਮੰਨ ਲਿਆ ਸੰਸਾਰ 'ਤੇ ਉਹੀ ਇਨਸਾਨ ਪੂਜਣ ਯੋਗ ਹੈ, ਉਹੀ ਇਨਸਾਨ ਰੱਬ ਦਾ ਰੂਪ ਹੈ ਜਿਹੜਾ ਭਾਣੇ ਵਿੱਚ ਰਹਿੰਦਾ। ਸਾਧ ਸੰਗਤ ਇੱਕ ਵਾਰ ਫਰੀਦ ਜੀ ਖੜ੍ਹੇ ਸਨ ਸਮੁੰਦਰ ਦੇ ਕੰਢੇ 'ਤੇ, ਸਮੁੰਦਰ ਦੀ ਛੱਲ ਆਈ, ਜਿਹੜੀਆਂ ਛੱਪਰੀਆਂ ਛੁੱਪਰੀਆਂ
ਜਿੰਨੀਆਂ ਸੀਗੀਆਂ ਛਾਲਣੇ ਸਾਰੀਆਂ ਵਿੱਚ ਰੋੜ ਕੇ ਲੈ ਗਏ ਮਕਾਨ ਮਕੂਲ ਢਾਤੇ ਫਰੀਦ ਜੀ ਨੇ ਉੱਥੇ ਖੜੇ ਕਿਹਾ ਕੰਧੀ ਵਹਿਣ ਨਾ ਢਾ ਤਾਂ ਵੀ ਲੇਖਾ ਰੱਬ ਦੇਵਣਾ ਦਰਿਆ ਨੂੰ ਕਹਿੰਦੇ ਹਨ ਕੰਧੀ ਵਹਿਣ ਨਾ ਢਾ ਤਾਂ ਵੀ ਲੇਖਾ ਦੇਵਣਾ ਦਰਿਆ ਸਮੁੰਦਰ ਇਹ ਤੂੰ ਕੀ ਕੀਤਾ ਕਹਿੰਦੇ ਤੈਂ ਵੀ ਲੇਖਾ ਦੇਣਾ ਜਿਹੜਾ ਤੂੰ ਇੱਕ ਢਾ ਕੇ ਇਹਨਾਂ ਦੇ ਘਰ ਸਾਰਾ ਕੁਛ ਛੱਪਰੀਆਂ ਕਿੰਨੇ ਦਾ ਜੀਵਾਂ ਦਾ ਮਰ ਗਏ ਸੋਚਿਆ ਵਿਚਾਰ ਕੀਤੀ ਉਹ ਹੋ ਕਹਿੰਦੇ ਮੈਂ ਕੀ ਕਰ ਬੈਠੇ ਇਹ ਤਾਂ ਮੈਂ ਗਲਤ ਕੰਮ ਕੀਤਾ ਇਹ ਤਾਂ ਵਹਿਰੂ ਦਾ ਭਾਣਾ ਜੇ ਉਹ ਵਹਿਰੂ ਐਵੇਂ ਪਾਉਂਦੀ ਸੀ ਤਾਂ ਹੀ ਉਹਨੇ ਕੀਤਾ ਦੂਸਰੀ ਪੰਕਤੀ ਵਿੱਚ ਫਿਰ ਕਿਹਾ ਕਹਿੰਦੇ ਬਹਿਣ ਤੇ ਦਾਉਂ ਗਾਉ ਕਰੇ ਜਿੱਧਰ ਰੱਬ ਰਜਾ ਕਹੇ ਭਾਈ ਗੱਲ ਸੁਣ ਬਈ ਮੈਂ ਤਾਂ ਭੁੱਲ ਗਿਆ ਮੈਂ ਇਹਦੇ ਵਿੱਚ ਦਾਖਲ ਨਹੀਂ ਦੇ ਸਕਦਾ ਕਹਿੰਦੇ ਬਹਿਣ ਤੇ ਦਾਉਂ ਗਾਉ ਕਰੇ ਜਿੱਧਰ ਰੱਬ ਰਜਾ ਜਿੱਧਰ ਰੱਬ ਦੀ ਰਜਾ ਕਹਿੰਦੇ ਭਾਈ ਉਵੇਂ ਕਰ ਕਹਿੰਦੇ ਮੈਂ ਇਹਦੇ ਵਿੱਚ ਦਾਖਲ ਉਹ ਸਾਧ ਸੰਗਤ ਬਿਰਤੀ ਦੇ ਮਹਾਂਪੁਰਸ਼ ਜਿਨ੍ਹਾਂ ਦੇ ਪਾਸ ਅਸੀਂ ਰਹੇ ਕਿੰਨੀ ਸੰਗਤ ਸਾਧ ਸੰਗਤ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਇੰਨੀ ਧੀਰਜ ਤੇ ਸ਼ਾਂਤੀ ਹੁੰਦੀ ਸਾਧ ਸੰਗਤ ਐਡੀ ਐਡੀਆਂ ਗਲਤੀਆਂ ਹੁੰਦੀਆਂ ਆਪਣੇ ਸਾਧ ਸੰਗਤ ਉਹਨਾਂ ਨੂੰ ਵੀ ਅਸੀਂ ਮਾਫ ਕਰਦੇ ਦੇਖੀਏ ਜਿਹੜਾ ਆਮ ਇਨਸਾਨ ਕਹੇ ਨਾ ਵੀ ਇਹ ਤਾਂ ਮਾਫ ਕਰਨ ਵਾਲਾ ਇਨਸਾਨ ਨਹੀਂ ਸੀ ਇਹਨੂੰ ਤਾਂ ਸਜ਼ਾ ਦੇਣੀ ਚਾਹੀਦੀ ਸੀ ਜੇ ਸਾਡਾ ਸਤਿਗੁਰੂ ਸਾਰੇ ਪਾਪ ਬਖਸ਼ ਸਕਦਾ ਹੈ ਉਹ ਬਖਸ਼ਿੰਦ ਹੈ ਸਾਰੇ ਤਾਂ ਉਹਦੇ ਜਿਹੜੇ ਭਗਤ ਨੇ ਉਹਦੇ ਜਿਹੜੇ ਸਿੱਖ ਨੇ ਉਹ ਨਹੀਂ ਬਖਸ਼ ਸਕਦੇ ਉਹਨਾਂ ਨੂੰ ਵੀ ਅਧਿਕਾਰ ਮਹਾਰਾਜ ਨੇ ਦਿੱਤਾ ਹੋਇਆ ਇਹੀ ਤਾਂ ਫਰਕ ਹੈ ਰੋਜ਼ ਅਰਦਾਸ ਕਰਦੇ ਹਾਂ ਹਰ ਇੱਕ ਇਨਸਾਨ ਅਰਦਾਸ ਕਰਦਾ ਹੈ ਹੇ ਸੱਚੇ ਪਾਤਸ਼ਾਹ ਸਾਨੂੰ ਦੇਖ ਕੇ ਅਣਡਿੱਠ ਕਰਨ ਦਾ ਬਲ ਬਖਸ਼ ਹੈ ਕਿਸੇ 'ਚ ਸਾਧ ਸੰਗਤ ਦੇਖ ਕੇ ਅਣਡਿੱਠ ਕਰਨ ਦਾ ਬਲ ਬਖਸ਼ ਉਹਦਾ ਮਤਲਬ ਕੀ ਹੈ ਸਾਧ ਸੰਗਤ ਕੋਈ ਕਿੱਡਾ ਵੱਡਾ ਪਾਪ ਕਰਦਾ ਸਾਹਮਣੇ ਅੱਖਾਂ ਨਾਲ ਦੇਖ ਰਹੇ ਹਾਂ ਉਹਨੂੰ ਦੇਖ ਕੇ ਅਸੀਂ ਕਹਿੰਦੇ ਪਰ ਇਹਨੂੰ ਸੁਧਾਰ ਦਈਏ ਨਹੀਂ ਨਹੀਂ ਦੇਖ ਕੇ ਅਣਡਿੱਠ ਕਰ ਦੇਣਾ ਕਿਉਂ ਪਾਪ ਕਰਦਾ ਉਹ ਆਪਣੇ ਵਾਸਤੇ ਕਰਦਾ ਸਾਡੇ ਵਾਸਤੇ ਥੋੜ੍ਹਾ ਕਰਦਾ ਅਸੀਂ ਉਸ ਨੂੰ ਪਾਪ ਦਾ ਫਲ ਦੇਣ ਨੂੰ ਸਮਰੱਥ ਨਹੀਂ ਪਾਪ ਦੇਣ ਦਾ ਫਲ ਸਮਰੱਥ ਗੁਰੂ ਹੈ ਕੀਤੇ ਕਰਮਾਂ ਦਾ ਫਲ ਉਸਨੇ ਭੁਗਤਣਾ ਹੀ ਹੈ ਮਹਾਰਾਜ ਨੂੰ ਪੰਜ ਦਸਵੇਂ ਪਾਤਸ਼ਾਹ ਨੂੰ ਅਨੰਦਪੁਰ ਸਾਹਿਬ ਦਰਬਾਰ ਸੱਜੇ ਜਿੱਥੇ ਸਿੱਖ ਨੇ ਬੇਨਤੀ ਕੀਤੀ ਸਿੱਖਾਂ ਨੇ ਮਹਾਰਾਜ ਆਪ ਨੂੰ ਕਿਰਪਾ ਕਰਕੇ ਦੱਸਣਾ ਕਰੋ ਵੀ ਸਭ ਤੋਂ ਪਿਆਰਾ ਸਿੱਖ ਆਪ ਨੂੰ ਕਿਹੜਾ ਕਿਉਂ ਇੱਛਾ ਹੁੰਦੀ ਹੈ ਸਵਾਲ ਹੈ ਸਾਧ ਸੰਗਤ ਸੋਚਦੇ ਜਿਸ ਨੇ ਕਿਤੇ 20-25 ਦੁਸ਼ਮਣ ਮਾਰੇ ਹੋਣਗੇ ਮਹਾਰਾਜ ਤਾਂ ਉਹ ਪਿਆਰਾ ਹੋਣਾ ਜਿਸ ਨੂੰ ਬੜੇ ਬੜੇ 125,000 ਦੇ ਹਾਥੀ ਹਥਿਆਰ ਦਿੱਤੇ ਉਹ ਸਿੱਖ ਪਿਆਰਾ ਹੋਣਾ ਆਪਣੇ ਆਪਣੇ ਬਿਰਤੀਆਂ ਮੁਤਾਬਕ ਸਾਰੇ ਸੋਚਦੇ ਮਹਾਰਾਜ ਜੀ ਨੇ ਫਿਰ ਕੀ ਸਿੱਖਾਂ ਨੂੰ ਕਹਿੰਦੇ ਮੇਰੇ ਪਿਆਰੇ ਸਿੱਖੋ ਕਹਿੰਦੇ ਮੈਨੂੰ ਉਹ ਸਿੱਖ ਪਿਆਰਾ ਜਿਹੜਾ ਦੇਖ ਕੇ ਅਣਡਿੱਠ ਕੀਤਾ ਜਾਵੇ ਉਹਦੇ ਸਾਹਮਣੇ ਜੋ ਕੁਛ ਮਰਦੀ ਹੋਵੇ ਕਹਿੰਦੇ ਉਹ ਜਿਹੜਾ ਅਣਡਿੱਠ ਕੀਤਾ ਕੋਈ ਵੀ ਆਪਣੇ ਮਨ ਦੇ ਵਿੱਚ ਕਲਪਨਾ ਲਿਆ ਨਾ ਲਿਆਵੇ ਸੰਸਾਰ ਦੀ ਆਪਣੇ ਉਸ ਵਹਿਰੂ ਦੇ ਹੁਕਮ ਦੇ ਵਿੱਚ ਭਾਣੇ ਵਿੱਚ ਰਹੇ ਭਾਈ ਘਨੱਈਆ ਜੀ ਨੇ ਹੋਇਆ ਕਦੀ ਉਹਦਾ ਭਾਣੇ ਵਿੱਚ ਰਹਿੰਦੇ ਸੀ ਇਸ ਕਰਕੇ ਸਾਧ ਸੰਗਤ ਜੇ ਮਨ ਇਕਾਗਰ ਸ਼ਾਂਤੀ ਨਾਮ ਜਪਣਾ ਭਾਣੇ 'ਚ ਰਹਿਣ ਦਾ ਸਿੱਖਣਾ ਆਪਾਂ ਭਾਵੇਂ ਅਜੇ ਸਾਨੂੰ ਨਹੀਂ ਆਉਂਦਾ ਜੇ ਨਹੀਂ ਆਉਂਦੀ ਚੀਜ਼ ਉਹ ਸਿੱਖੀ ਤਾਂ ਸਾਰੀ ਆਉਂਦੀ ਸਾਨੂੰ ਵੀ ਇਹ ਮਹਾਰਾਜ ਨੇ ਇਹ ਮਹਾਂਪੁਰਸ਼ਾਂ ਨੇ ਇਹ ਬਚਨ ਕੀਤੇ ਆ ਉਹ ਸਾਧ ਸੰਗਤ ਹੁਣ 12:15 ਵੱਜ ਗਏ ਕਿ ਆਪਾਂ ਸਮਾਪਤੀ ਵੀ ਕਰਨੀ ਸਵੇਰੇ ਫਿਰ ਮਹਾਂਪੁਰਸ਼ਾਂ ਦੀ ਯਾਦ 'ਚ 10:45 ਪਹਿਲਾਂ ਆਸਾ ਦੀ ਵਾਰ ਆ ਪੂਰਨ ਇਹ 9:40 'ਤੇ ਖੰਡ ਪਾਠਾਂ ਦੇ ਭੋਗ ਸ਼ੁਰੂ ਹੋਣੇ ਨੇ ਉਦੋਂ ਬਾਅਦ ਦਾਸ ਨੇ ਫਿਰ 12:30 ਤੱਕ ਫਿਰ ਕੀਰਤਨ ਕਰਨਾ ਸਾਰਿਆਂ ਨੇ ਸਾਰਾ ਦਿਨ ਵੈਸੇ ਤਾਂ ਪ੍ਰੋਗਰਾਮ ਚੱਲਦਾ ਰਹਿਣਾ ਕੱਲ੍ਹ ਨੂੰ ਫਿਰ ਜੋ ਸਮਾਂ ਆਊਗਾ ਫਿਰ ਉਹਨਾਂ ਦੇ ਮਹਾਂਪੁਰਸ਼ਾਂ ਦੇ ਆਪਾਂ ਬਚਨ ਕਰਨੇ ਹਨ ਜੋ ਬਾਣੀ ਕਹਿੰਦੀ ਹੈ ਆਪਾਂ ਬਾਣੀ ਦੇ ਆਧਾਰ 'ਤੇ ਚੱਲਣਾ ਆਪਾਂ ਬਾਹਰ ਨਹੀਂ ਜਾਣਾ ਬਾਹਰ ਤਾਂ ਅਸੀਂ ਜਾ ਹੀ ਨਹੀਂ ਸਕਦੇ ਸਾਧ ਸੰਗਤ ਇਸ ਕਰਕੇ ਹੁਣ ਆਪਾਂ ਸਾਧ ਸੰਗਤ ਆਨੰਦ ਸਾਹਿਬ ਦਾ ਪਾਠ ਕਰਨਾ ਇਹੀ ਸ਼ਬਦ ਹੈ ਜਿਹੜਾ ਕੱਲ੍ਹ ਨੂੰ ਵੀ ਆਪਾਂ ਇਹ ਸ਼ਬਦ ਪੜ੍ਹ ਕੇ ਇਸ ਸ਼ਬਦ ਦੇ ਆਧਾਰ 'ਤੇ ਸਾਰੇ ਆਪਾਂ ਜੋ ਕਰਨੇ ਵਚਨ ਕਰਨੇ ਆ ਆਓ ਹੁਣ ਸਾਰੇ ਆਨੰਦ ਸਾਹਿਬ ਦੇ ਵਿੱਚ ਬੋਲਣਾ ਕਰੋ ਰਾਮ ਕਲੀ ਮਹੱਲਾ ਤੀਜਾ ਰਾਧੀ ਕੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਸਾਹਿਬ
سب جوز دا قابو حری تیرا من جنی بسایا کہہ راہ تیرا نگوا ست گرو میں پایا کرنا ملاو تمہا میرے سب جاریا Thank you.
ਆਪਾਂ ਕਹਿੰਦੇ ਹਾਂ ਨਵੇਂ ਸਾਲ ਦੇ ਵਿੱਚ ਬਾਹਰ ਕਿਰਪਾ ਕਰਨ, ਸਾਰੇ ਕਾਰੋਬਾਰ ਠੀਕ ਹੋਣ, ਔਰ ਹੁਣ ਨਵਾਂ ਸਾਲ ਵੀ ਆਪਣੇ ਵਾਸਤੇ ਆ ਗਿਆ। ਆਪਾਂ ਅਰਦਾਸ ਕਰਨੀ ਹੈ, ਇੱਕ ਖਿਆਲ ਰੱਖਣਾ, ਜਿਹਨੇ ਆਪਣੇ ਨਵੇਂ ਸਾਲ ਵਿੱਚ ਖੁਸ਼ੀਆਂ ਲੈਣੀਆਂ। ਸਾਧ ਸਿੰਘ ਉਸ ਇਨਸਾਨ ਨੇ ਇੱਥੇ ਮਨ ਵਿੱਚ ਵਸਾਉਣਾ, ਇਹ ਸੱਚੇ ਪਾਤਸ਼ਾਹ ਸਾਨੂੰ ਨਵੇਂ ਸਾਲ ਵਿੱਚ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ। ਉਹ ਕਿਵੇਂ ਜੁੜੂ? ਜੇ ਨਾਮ ਜਪੋਗੇ, ਬਾਣੀ ਪੜੋਗੇ, ਸੇਵਾ ਸਿਮਰਨ ਕਰੋ। ਇਹ ਨਹੀਂ ਵੀ ਨਵਾਂ ਸਾਲ ਅਤੇ ਇਹ ਵੀ ਨਵਾਂ ਇਹੀ ਪੁਰਾਣਾ ਹੈ, ਕਦੇ ਦਿਨ ਰਾਤ ਖੜ੍ਹੇ ਨੇ। ਇਹ ਤਾਂ ਇੱਕ ਸਿਰਫ ਗਿਣਤੀ ਹੈ, ਨਹੀਂ ਤਾਂ ਸਾਧ ਸਿੰਘ ਕੋਈ ਪੁਰਾਣੀ ਕੋਈ ਨਵੀਂ ਚੀਜ਼ ਇਹ ਨਹੀਂ ਹੈ। ਕਦੇ ਸੂਰਜ ਪੁਰਾਣਾ ਹੋਇਆ, ਚੰਦ ਪੁਰਾਣਾ ਹੋਇਆ, ਦਿਨ ਰਾਤ ਪੁਰਾਣੇ ਨਵੇਂ ਹੋਏ। ਇੱਕ ਇੱਕ ਕਹਾਵਤ ਹੈ ਸਾਧ ਸਿੰਘ ਗਿਣਤੀ ਦੇ ਵਿੱਚ, ਸਾਰਿਆਂ ਨੇ ਮਨ ਵਿੱਚ ਇਹ ਬਾਣੀ ਪੜਨ ਦਾ, ਹੈ ਵਾਹਿਗੁਰੂ ਸਾਨੂੰ ਸਾਰਾ ਸਾਲ ਹੀ, ਸਾਲ ਨਹੀਂ ਸਾਰੀ ਜ਼ਿੰਦਗੀ ਆਪਾਂ ਇਹ ਕੰਮ ਕਰਨਾ। ਮਨੁੱਖਾਂ ਦੇ ਮਿਲੀ ਇਸ ਵਾਸਤੇ ਆ, ਇਸ ਕਰਕੇ ਇਹ ਨਹੀਂ ਸੋਚਣਾ ਵੀ ਹੁਣ ਅੱਜ ਆਪਾਂ ਨਮਸਕਾਰ ਕਰ ਲਈ ਕਿ ਮੁੜ ਕੇ ਗੁਰਦੁਆਰੇ ਨਹੀਂ ਆਉਣਾ। ਸਾਰਿਆਂ ਨੇ ਇਵੇਂ ਸੇਵਾ ਕਰਨੀ। ਜੇ ਮਹਾਰਾਜ ਨੇ ਅੱਜ ਆਪ ਨੂੰ, ਸਾਰਿਆਂ ਨੂੰ ਅੱਜ ਆਪਣੇ ਚਰਨਾਂ ਦੇ ਵਿੱਚ ਨਵੇਂ ਸਾਲ 'ਚ ਆਉਣ ਦਾ ਉੱਦਮ ਬਖਸ਼ਿਆ, ਅਰਦਾਸ ਹੋਣੀ ਹੈ ਸਾਰੀ ਜ਼ਿੰਦਗੀ, ਤਾਂ ਸਾਰਿਆਂ ਨੇ ਸੇਵਾ ਹੀ ਕਰਨੀ। ਮਹਾਰਾਜ ਸਾਰਿਆਂ 'ਤੇ ਕਿਰਪਾ ਕਰੇ।
تاتے سال سال اپنا تا خوشیاں دا ہونا اے نہیں بھی مڑ کے پاٹھ نہ کیتا نام نہ جپیا اے ساتھ سنگت سارا کچھ ایک خیال رکھنا پھر ہی سال سفلا ہونا ہے آؤ ہونا اپنا سارے ارداس وچ جڑ دیا